ਪਰਦੇ ਪਿੱਛੇ ਚੱਲੇ ਨਾਟਕ ਸਦਕੇ ਚੋਣ ਨਿਸ਼ਾਨਾ ਦੇ ਪਰਦੇ ਪਿੱਛੇ ਚੱਲੇ ਨਾਟਕ ਸਦਕੇ ਚੋਣ ਨਿਸ਼ਾਨਾ ਦੇ ਮਖੌਟੇ ਭੋਲੇ ਚਿਹਰੇ ਘਾਤਕ ਸਦਕੇ ਚੋਣ ਨਿਸ਼ਾਨਾ ਦੇ ਸੜਕੇ ਮਰਿਆ ਕੰਮੀ ਸੂਰਜਾਂ ਵੀ ਘੱਟ ਨਾ ਗੁਜ਼ਾਰੀ ਚੰਦ ਵੇਲੇ ਘਣਾਉਣੀ ਹਰਕਤ ਸਦਕੇ ਚੋਣ ਨਿਸ਼ਾਨਾ ਦੇ ਇਸ ਬਜ਼ਾਰੀ ਲੁੱਟਦਾ ਤਾਂਡਵ ਵਿਕੇ ਕੱਫਣ ਹਜ਼ਾਰਾਂ ਵਿੱਚ ਮਰਨਾ ਲੋਕੋ ਕਿਹੜੀ ਰਾਹਤ ਸਦਕੇ ਚੋਣ ਨਿਸ਼ਾਨਾ ਦੇ ਤਾਲਿਆ ਅੰਦਰ ਤਾਲੇ ਬੰਦ ਨੇ ਹੋਰ ਕੀ ਜੱਗੋਂ ਤੇਰਵੀਂ ਹੋਊ ਤਾਲਿਆ ਅੰਦਰ ਤਾਲੇ ਬੰਦ ਨੇ ਹੋਰ ਕੀ ਜੱਗੋਂ ਤੇਰਵੀਂ ਹੋਊ ਸੱਚ ਦੇ ਪੈਂਦੇ ਛਿੱਤਰ ਸਾਧਕ ਸਦਕੇ ਚੋਣ ਨਿਸ਼ਾਨਾ ਦੇ ਸੱਚ ਦੇ ਪੈਂਦੇ ਛਿੱਤਰ ਸਾਧਕ ਸਦਕੇ ਚੋਣ ਨਿਸ਼ਾਨਾ ਦੇ ਇਹ ਸਤਨਾਮ ਸਾਧਕ ਸਾਹਿਬ ਦੀਆਂ ਲਾਈਨਾਂ ਨੇ ਜੀ ਬੜੀਆਂ ਵਧੀਆ ਔਰ ਪੂਰੀਆਂ ਇਹ ਢੁੱਕਦੀਆਂ ਨੇ ਅੱਜ ਕੱਲ੍ਹ ਪੰਜਾਬ ਦੇ ਮਾਹੌਲ 'ਤੇ ਇਹ ਚੋਣ ਨਿਸ਼ਾਨ ਜਿਹੜੇ ਸ਼ੁਰੂ ਹੋ ਗਏ ਨੇ ਅੰਦਰ ਖਾਤੇ ਕੋਈ ਪਤਾ ਨਹੀਂ ਕਿਸੇ ਦਾ ਕੀ ਹੈ ਕੀ ਨਹੀਂ ਹੈ ਖੈਰ ਆਪਾਂ ਹਾਜ਼ਰ ਹਾਂ ਜੀ ਅੱਜ ਦਾ ਪ੍ਰੋਗਰਾਮ ਲੈ ਕੇ ਲਾਈਵ ਤੁਹਾਡੇ ਰੂਬਰੂ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਦਾ ਸਲਾਮ ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਗੱਲਾਂ ਉਹ ਹੀ ਕਈ ਸੋਚਣ ਵਾਸਤੇ ਮਜਬੂਰ ਕਰਦੀਆਂ ਨੇ ਵੀ ਪੌਣੇ ਚਾਰ ਸਾਲ ਪੌਣੇ ਪੰਜ ਸਾਲ ਸਿੱਧੂ ਸਾਹਿਬ ਬੈਠੇ ਨੇ ਆਰਾਮ ਨਾਲ ਅੱਜ ਵਿਸ਼ਾ ਵੀ ਮੇਰਾ ਥੋੜ੍ਹਾ ਜਿਹਾ ਇਹਦੇ ਨੇੜਤੜੇ ਹੀ ਹੋਏਗਾ ਵੀ ਸਰਕਾਰੀ ਖਜ਼ਾਨੇ 'ਚੋਂ ਉਹਨਾਂ ਨੂੰ ਤਨਖਾਹ ਵਗੈਰਾ ਸਾਰਾ ਕੁਝ ਜੋ ਪੱਤੇ ਆਉਂਦੇ ਰਹੇ ਅਤੇ ਹੁਣ ਕੁਰਸੀ ਮਿਲ ਗਈ ਹੈ ਤਾਂ ਹੁਣ ਸ਼ਾਇਦ ਉਹ ਕਹਿੰਦੇ ਵੀ ਹੁਣ ਕੰਮ ਬਣ ਗਿਆ ਅਤੇ ਹੁਣ ਅੱਗੇ ਦੇਖੋ ਹੁੰਦਾ ਕੀ ਹੈ ਮੁੱਕਦੀ ਇਹ ਗੱਲ ਹੈ ਵੀ ਹੁਣ ਪਿਛਲੇ 38 ਦਿਨਾਂ ਤੋਂ ਪੰਜਾਬ ਦੀ ਇੱਕ ਵੀ ਕੈਬਨਿਟ ਦੀ ਮੀਟਿੰਗ ਨਹੀਂ ਹੋਈ 38 ਦਿਨਾਂ ਤੋਂ ਸੈਕਟਰੀਏਟ ਚੰਡੀਗੜ੍ਹ ਦਾ ਭਾਂ ਭਾਂ ਕਰਦਾ ਕਾਂ 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 ਕਰਦੇ ਨੇ ਕਬੂਤਰ ਆਪਣੇ ਘੂੰ ਘੂੰ ਕਰਦੇ ਨੇ ਉੱਥੇ ਕੋਈ ਨਹੀਂ ਬੜਿਆ 38 ਦਿਨ ਹੋ ਗਏ ਮੁੱਕਦੀ ਗੱਲ ਇਹੀ ਆ ਗਈ ਜੀ 100 ਹੱਥ ਰੱਸਾ ਸਿਰੇ 'ਤੇ ਗੰਢ ਬਈ ਮਤਲਬ ਕਿ ਪੰਜਾਬ ਦੀ ਹਜੇ ਵੀ ਕਿਸੇ ਨੂੰ ਕੋਈ ਸੋਚ ਨਹੀਂ ਹੈਗੀ ਸਭ ਆਪੋ ਆਪਣੀਆਂ ਕੁਰਸੀਆਂ ਪੱਕੀਆਂ ਕਰਨ 'ਤੇ ਲੱਗੇ ਨੇ ਮੋਹਰਾਂ ਪੱਕੀਆਂ ਕਰਨ 'ਤੇ ਲੱਗੇ ਨੇ ਅਤੇ ਕੈਪਟਨ ਸਾਹਿਬ ਹਜੇ ਵੀ ਕਹਿੰਦੇ ਜੀ ਸਿੱਧੂ ਸਾਹਿਬ ਮਾਫ਼ੀ ਮੰਗ ਲੈਣ ਤਾਂ ਫੇਰ ਮਿਲੂੰਗਾ ਵੀ ਹੁਣ ਇਹ ਸਮਝ ਨਹੀਂ ਆਈ ਇੱਕੋ ਸਟੇਟ ਹੈ ਇੱਕੋ ਸਟੇਟ ਦਾ ਪ੍ਰਧਾਨ ਆ ਉਹ CM ਹੈ ਜੇ ਦੋਨੋਂ ਆਪਸ ਦੇ ਵਿੱਚ ਮਿਲਣਗੇ ਹੀ ਨਹੀਂ ਤਾਂ ਪੰਜਾਬ ਦਾ ਕੀ ਭਲਾ ਹੋਊ ਪੰਜਾਬ ਦੇ ਮਸਲਿਆਂ ਬਾਰੇ ਕੀ ਸੋਚਣਗੇ ਇਹ ਸਾਰਾ ਕੁਛ ਸੋਚਣ ਵਾਲਾ ਹੈਗਾ ਵਿਰੋਧੀ ਪਾਰਟੀਆਂ ਆਪੋ ਆਪਣਾ ਲੱਗੀਆਂ ਹੋਈਆਂ ਜੀ ਸਭ ਕੁਛ ਲੱਗੇ ਹੋਏ ਨੇ ਰਾਮ ਜੀ ਭਲੀ ਕਰੇ ਚਲੋ ਖੈਰ ਆਪਾਂ ਅੱਜ ਦੇ ਪ੍ਰੋਗਰਾਮ ਵਾਲੇ ਪਾਸੇ ਚੱਲਦੇ ਹਾਂ ਜੀ ਪ੍ਰੋਗਰਾਮ ਅੱਜ ਖਬਰਾਂ ਹੁੰਦੀਆਂ ਨੇ ਇਉਂ ਕਹਿੰਦੇ ਨੇ ਜਿਵੇਂ ਸ਼ੇਅਰ ਦੇ ਵਿੱਚ ਹੈ ਵੀ ਹੋਰ ਕੀ ਜੱਗੋਂ ਤੇਰਵੀਂ ਹੋਊ ਖਬਰਾਂ ਉਹ ਹੁੰਦੀਆਂ ਨੇ ਵੀ ਜਿਹੜੀਆਂ ਲੱਗਦੀਆਂ ਨੇ ਵੀ ਜੱਗੋਂ ਤੇਰਵੀਆਂ ਨੇ ਜੱਗੋਂ ਬਾਰ੍ਹਵੀਂ ਪਤਾ ਨਹੀਂ ਕੀ ਹੈ ਜਾਂ 11ਵੀਂ ਪਤਾ ਨਹੀਂ ਕੀ ਹੈ ਪਰ ਜੱਗੋਂ ਤੇਰਵੀਂ ਇੱਕ ਬੜਾ ਵਧੀਆ ਮੁਹਾਵਰਾ ਇਹਦਾ ਅਸਲ ਮਤਲਬ ਕੀ ਹੈ ਇਹਦੇ ਬਾਰੇ ਵੀ ਚਲੋ ਕਿਤੇ ਗੱਲ ਕਰਾਂਗੇ ਜੱਗੋਂ ਤੇਰਵੀਂ ਹੋਣਾ ਮਤਲਬ ਕਿ ਜੋ ਕਿ ਜਹਾਨ ਦੇ ਨਾਲ ਨਹੀਂ ਵਾਪਰਦੀ ਅਤੇ ਉਹ ਜਹਾਨ ਤੋਂ ਵੱਖਰੀ ਕੋਈ ਗੱਲ ਹੋਣ ਨੂੰ ਜੱਗੋਂ ਤੇਰਵੀਂ ਆਪਾਂ ਕਹਿ ਦਿੰਦੇ ਹਾਂ ਉਦੋਂ ਪਹਿਲਾਂ ਮੈਂ ਚਾਹੁੰਦਾ ਜੀ ਕਿਉਂਕਿ ਸਾਡੇ ਜਸ ਪੰਜਾਬੀ ਦੇ ਅਗਰ ਦਰਸ਼ਕਾਂ ਦੀ ਗੱਲ ਕਰੀਏ ਤਾਂ ਹਰ ਧਰਮ ਹਰ ਕਮਿਊਨਿਟੀ ਦੇ ਹਰ ਮੁਲਕ ਦੇ ਪੰਜਾਬੀ ਪੰਜਾਬੀ ਕਿਸੇ ਵੀ ਮੁਲਕ ਦੇ ਨੇ ਕਿਸੇ ਵੀ ਧਰਮ ਦੇ ਨੇ ਅਤੇ ਕਿਸੇ ਵੀ ਕਮਿਊਨਿਟੀ ਨੂੰ ਸੰਬੰਧ ਰੱਖਦੇ ਨੇ ਸਾਰੇ ਹੀ ਜਸ ਪੰਜਾਬੀ ਦੇ ਦਰਸ਼ਕ ਨੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਚਾਹੇ ਪਾਕਿਸਤਾਨ ਤੋਂ ਪੰਜਾਬੀ ਨੇ ਚਾਹੇ ਸਾਡੇ ਇੱਧਰੋਂ ਨੇ ਅਤੇ ਚਾਹੇ ਕੋਈ ਵੀ ਪੰਜਾਬੀ ਨੇ ਸਾਰਿਆਂ ਦਾ ਪੰਜਾਬੀ ਪੰਜਾਬੀ ਨੇ ਪੰਜਾਬ ਪੰਜਾਬ ਹੀ ਹੈ ਸੋ ਅੱਜ ਬੜਾ ਮੁਬਾਰਕ ਮੌਕਾ ਜੀ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਵਾਸਤੇ ਈਦ ਦਾ ਮੌਕਾ ਹੈਗਾ ਈਦ ਮੁਬਾਰਕ ਅਸੀਂ ਕਹਿੰਦੇ ਹਾਂ ਬਹੁਤ ਬਹੁਤ ਈਦ ਮੁਬਾਰਕ ਕਹਿੰਦੇ ਹਾਂ ਬੜਾ ਜਸ਼ਨਾਂ ਵਾਲਾ ਕੰਮ ਹੁੰਦਾ ਕਿਉਂਕਿ ਇਸੇ ਸਾਡੇ ਕਲਾਇੰਟ ਵੀ ਨੇ ਕਾਫੀ ਮੁਸਲਮਾਨ ਭਾਈਚਾਰੇ ਤੋਂ ਅਤੇ ਅੱਜ ਉਹਨਾਂ ਨੂੰ ਕਿਹਾ ਸੀ ਵੀ ਤੁਹਾਡੀ ਇੰਟਰਵਿਊ ਕਰਨੀ ਹੈ ਇੱਥੇ ਇੱਕ ਖੁੱਲ੍ਹ ਰਿਹਾ ਹੈਗਾ ਵਾ ਖਾਦਮ ਜਿਊਲਰੀ ਸਟੋਰ ਖੁੱਲ੍ਹ ਰਿਹਾ 83 ਦੇ ਵਿੱਚ ਵੀ 24 ਅਤੇ 25 ਤਰੀਕ ਨੂੰ ਸੇਲ ਸੂਲ ਲੱਗਣੀ ਵਾਹਵਾ ਅਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਆ ਕੇ ਰੇਡੀਓ TV 'ਤੇ ਇੰਟਰਵਿਊ ਬੜੀ ਦੇ ਦਿਓ ਦੱਸ ਦਿਓ ਵੀ ਕੀ ਸੇਲਾਂ ਤੋਂ ਕਹਿੰਦੇ ਵੀ ਭਰਾਵਾ ਤੂੰ ਹੀ ਦੱਸ ਦੀ ਅੱਜ ਤਾਂ ਹੁਣ ਸਾਡੇ ਈਦ ਹੈਗੀ ਆ ਅਤੇ ਸਾਰੇ ਜਣੇ ਅਸੀਂ 1-2 ਦਿਨ ਪਹਿਲਾਂ ਦੇ ਬਾਹਰ ਹਾਂ ਅਤੇ 1-2 ਦਿਨ ਬਾਅਦ ਹੀ ਮੁੜਨਾ ਅਸੀਂ ਹੁਣ 24 ਨੂੰ ਤੁਹਾਨੂੰ ਉੱਥੇ ਹੀ ਮਿਲਾਂਗੇ ਜਿੱਥੇ ਓਪਨਿੰਗ ਹੋਣੀ ਆ ਖਾਦਮ ਜਿਊਲਰ ਦੀ ਓਪਨਿੰਗ 83 ਵਾਲੀ 5ਵੀਂ ਲੋਕੇਸ਼ਨ ਦੀ ਹੋ ਰਹੀ ਹੈ 24 ਅਤੇ 25 ਨੂੰ ਚਲੋ ਜੱਗੋ ਤੇਰਵੀਂ ਦੀ ਆਪਾਂ ਗੱਲ ਕਰਦੇ ਸੀ ਪਹਿਲੀ ਠੱਗੀਆਂ ਦੀ ਅਕਸਰ ਗੱਲ ਕਰੀਦੀ ਆ ਹੱਦ ਹੀ ਹੈ ਵੈਸੇ ਠੱਗੀਆਂ ਇੱਕ ਆਹ ਬੜੇ ਕੇਸ ਹੋਣ ਲੱਗ ਪਿਆ ਅੱਜ ਇੱਕ ਨਵੀਂ ਖਬਰ ਅੱਜ ਵੀ ਆਈ ਇੱਕ ਮਾਛੀਵਾੜੇ ਤੋਂ 25 ਲੱਖ ਰੁਪਈਆ ਲਿਆ ਕੁੜੀ ਨੇ ਵਿਆਹ ਕਰਕੇ ਹੁਣ ਕੈਨੇਡਾ ਆ ਗਈ ਆ ਅਤੇ ਕੈਨੇਡਾ ਆਪਣੇ ਪ੍ਰੇਮੀ ਕੋਲ ਕਹਿੰਦੇ ਪਹੁੰਚ ਗਈ ਸੁੱਖੀ ਸਾਂਦੀ ਉੱਥੇ ਵੀ ਕੇਸ ਦਰਜ ਹੋ ਗਿਆ ਇੰਡੀਆ ਦੇ ਵਿੱਚ ਅਤੇ ਇਹ ਆਉਣ ਵਾਲੇ ਦਿਨਾਂ 'ਚ ਮੈਨੂੰ ਲੱਗਦਾ ਵੀ ਕਾਫੀ ਵੱਡਾ ਇੱਕ ਇਹ ਜਿਹੜਾ ਹੈਗਾ ਗੈਂਗ ਹੈਗਾ ਉਹਨੂੰ ਖਤਮ ਕਰੂਗੀ ਕੈਨੇਡਾ ਸਰਕਾਰ ਜਿਸ ਹਿਸਾਬ ਨਾਲ ਟਰੂਡੋ ਸਾਹਿਬ ਨੇ ਕਿਹਾ ਕਿ ਭਾਈ ਸਾਨੂੰ ਫੈਮਿਲੀਜ਼ ਦੀ ਲੋੜ ਹੈ ਸਾਨੂੰ ਕੈਨੇਡਾ ਨੂੰ ਲੋੜ ਹੈ ਬਹੁਤ ਲੋੜ ਹੈ
सही तरीके आने वाले की बहुत लड़ है। तो पर जे ठगिया वाले काम ने इन्हों रोकने वास्ते भी असं कोई ना कोई तरीका जरूर अपनावे। माछी वाले की एक खबर हैगी अज की कि उतों आ के तो सही सलामत अपने प्रेमी को कुड़ी पहुँच गई। हूँ कुड़ियों के केस ज़्यादा होने लग पे, पहला असं एजेंटा रोंदे सी भी फलाने ने ठगी मार ली, फलाने ने मार ली। ये चलो एक विआह की ठगी है, एक ऑनलाइन ठगियों का असं अक्सर जिक्र करीदा तो बहुत अवेयर करने की कोशिश करी। एक ताज़ी ताज़ी खबर पाकिस्तान तो आई है, लाहौर के भाई साहब ने एक अमेरिका की किसी कुड़ी नाल उहदी फेसबुक पर दोस्ती हुई। कमाल की स्टोरी, कमाल की स्टोरी, ठगी का ढंग कमाल का। फेसबुक पर दोस्ती हुई, गल्लां बातां हुंदियां रहियां, वाह वाह इदां ही भी बढ़िया, चलो ठीक ठाक काम चली गया। वाह वाह जदों 5-4 महीने लंघ गए, मैं पहले दस दो ठगी वजी किन्ने दी, हुण तक 27 लाख रुपया पाकिस्तान का उन्हां दा लग चुका है। जदों वाह वाह 5-7 महीने लंघ गए जी उन्हां दे प्यार मुहब्बत नूं फेसबुक ते, ते कुड़ी दा उन्हूं मैसेज आंदा है कि मेरे हसबेंड की डैथ हो गई। वो कहिंदा वैरी सैड, तो कहिंदी भी चलो उहदी ना मैनूं मिलनी हैगी आ अपनी इंश्योरेंस दे पैसे मिलने आ, तो तू मेरा एक वधिया दोस्त हैगा तो मैं चाहनी हूँ भी अद्धे पैसे तैनू मैं दे देवां। चलो उदू होर की चाहिए बंदे नूं, है जी, नाले गर्लफ्रेंड नाले उहदा घर वाला मर गया नाले पैसे मिल गए। तो वह कहिंदा भी नहीं नहीं कोई नहीं कोई नहीं, कहिंदी 50,000 डॉलर मैनूं मिलिया तो मैं तैनू विचों 20,000 डॉलर भेज दिनी आ हुणे ही, तो तू लै लई आ उहदा नंबर नुंबर है। वह लैन गया जिथे, तो उन्हें कहा भी नंबर आ मेरा 20,000 डॉलर आया जी अमरीका तो। तो कहते जी भी हाँ आया तो हो, पर टैक्स जोड़ा तुम देना पैना बाहरों, जोड़ा पैसा आता टैक्स देना पैंता है। तो कहते कि टैक्स है, वो कहते भी 1.5 लाख रुपया बनना टैक्स ये। उन्हें फोन किया भी इदा पैसे देंदे नहीं, वो कुड़ी कहते अमरीका वाली फोन किया भी देंदे नहीं है। तो कहती भी टैक्स तो हूँ देने पैना भी, जे कमे तो तेरे को नहीं है तो मैं इधरों भेज दिनी। वो भी तो कहता नहीं नहीं वो मैं जमा कराया 1-1.5 लाख। पहला फोन गया उतों लोकल, लोकल फोन गया भी तुहाडा 20,000 डॉलर आया पिया फलानी जगह इत्थे आ जाओ तुसीं इह लैण वास्ते। उदू बाद आ गल सारी हुंदी है 1-1.5 लाख जमा करवाउणे तों मुड़ के 2-3 दिन जदों कोई फोन ना आया भाई साहब नूं तो गया गया उत्थे, तो कहिंदे वी किहड़ा तुसीं इत्थे पैसे लैण आए हो। वो कहिंदा 20,000 डॉलर आया सी। वो कहिंदे नहीं जी इह तां इक बैंक है, इत्थे तां अकाउंट 'च पैसे जमा हुंदे आ, तुसीं 1-1.5 लाख जिहड़ा किसे दे अकाउंट जमा करा गए करा गए, सानूं तां इहदे बारे पता ही कुछ नहीं। तो उदू बाद जी उहदी पैरवाई तो ही उन्हें हुण तक वो कहिंदा भी 27 लाख रुपया लाता, 1.5 लाख रुपया पहला दिता। तो यह भी एक वक्री तरह की फेसबुक दोस्ती, तो भी ठगियां बहुत वजदियां ने, बड़िया रिक्वेस्टा आउंदियां ने तुहानू, ऐन मसालेदार रिक्वेस्टा आउंदियां ने, जिहड़े बेशकीन बंदे हुंदे फस जांदे उच, ते उह फिर मगरों लैने दे देने जिहनूं कहिंदे हुंदे पै जांदे आ। इह भी नवीं एक ठगी सामने आई सीगी। लो जी, एक IPS ने संदीप मित्तल तमिलनाडू दे विच, IPS अधिकारी कहिंदा कौन दा अधिकारी हुंदा भारत विच, उहदी समस्या बिल्कुल दुनिया तो वक्री है। उन्हें आपदे ट्विटर अकाउंट के उत्ते पाया है कि जदों असी निक्के हुंदे सी तो मैं 25 पैसों की एक जलेबी लैके वड्डी सारी मिल जाती सी 25 पैसों की, तो बड़े स्वाद नाल खाई दी सी। फिर उदों ये सोचते हुंदे सपना हुंदा सी एक दिल दे विच दिमाग दे विच भी जदों वड्डे हो के ना दिहाड़ी 3-3, 4-4 वारी जलेबी खानी जिन्नी मर्जी महंगी होगी जदों कमाउण लग पए। ट्विटर ते उन्हें पाया जी जो कमाउण लग पे विआह हो गया तो हुण घर वाली जलेबी खाणी नहीं, करां ते करां की कहिंदा मैं। ट्विटर ते उन्हें पाया, ट्विटर ते उन्हें पाया भी घर वाली जलेबी नहीं खाण दिंदी, ते नाल दी नाल ही उह वायरल हो गई उह ट्विटर जिहड़ी सी, उहदी घरवाली कोले भी पहुँच गई, किसी सहेली सहूली ने पहचानती होनी है भी आ देख ला की करदा फिरदा तेरे वाला। ते उह मुड़ के उहदा मैसेज आंदा उहदी घरवाली दा भी कोई नहीं घरे आ ते तैनूं मैं खवानी आ जलेबियां। सो इहो जिहे कमाल की गल है कि जलेबी उहनूं खाण नहीं दिंदी, हो सकदा शुगर शगर होवे उहदे भले बारे सोचदी होवे, पर उदां भी हो सकदा भी जनानियां की कह दिंदियां भाई तैनूं जिहड़ी चीज़ पसंद आ तूं मैनूं तां पसंद है ही नहीं। अक्सर कई बार हुंदा भी है कई घरां दे विच जिहड़ी चीज़ बंदे नूं पसंद है तो घर वाली नूं पसंद घट ही हुंदी है, हालांकि घरवाली जिहड़ी उह भी बंदे की पसंद हुंदी है। तो आ जिदा कोई हुण अक्सर वैसे देखण दे विच आया, मैं हुण सारे घरां की गल नहीं करदा, कई घरां दे विच हुंदा बंदे ने सवेरे नीली कमीज मा ली तो घरवाली ने कहना नहीं ये नीली तो हजे तुसी पिछले हफ्ते पाई है, तो पीली पाली तो पीली ना हो ना पीली चंगी लगती उवें लगते सरों के जिमें हम फलानी, पर अखीर जे कि गलती नाल बंदे ने पा ही ली कमीज तो उन्हें यही कहना हाँ मैं यही कह लगी सी तुसी अज ये पाओ। सो इस करके भाई
ਜਲੇਬੀਆਂ ਖਾਣੀਆਂ ਤੇ ਚੋਰੀ ਚੋਰੀ ਖਾ ਲਿਆ ਕਰ, ਟਵਿੱਟਰ ਤੇ ਨਾ ਪਾਇਆ ਕਰ। IPS ਅਧਿਕਾਰੀ ਹੈ ਤੂੰ ਐਡਾ ਵੱਡਾ, ਤੇ ਤੂੰ ਇਹੋ ਜਿਹੇ ਕੰਮ ਜਿਹੜੇ ਚੋਰੀ ਛਿਪੇ ਕਰ ਲਿਆ ਕਰੋ, ਕਰਦੇ ਨੇ ਲੋਕੀ ਦਾਰੂ ਪੀ ਜਾਂਦੇ ਚੋਰੀ ਛਿਪੇ। ਅਗਲੀ ਹੈਗੀ ਜੀ, ਅਸੀਂ ਮਹਿੰਗੀਆਂ ਚੀਜ਼ਾਂ ਦੀ ਗੱਲ ਕਰੀ ਦੀ ਅਕਸਰ ਅਕਸਰ, ਕੋਈ ਨਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਹੁੰਦਾ ਕੋਈ ਨਾ ਕੋਈ ਮਹਿੰਗੇ। ਅੱਜ ਵੀ ਦੋ ਤਿੰਨ ਚੀਜ਼ਾਂ ਮਹਿੰਗੀਆਂ ਜਿਹੜੀਆਂ ਉਹ ਕਰਨੀਆਂ ਤੁਹਾਡੇ ਨਾਲ ਸਾਂਝੀਆਂ। ਇੱਕ ਤਾਂ ਆਈਸਕ੍ਰੀਮ ਮਹਿੰਗੀ, ਦੁਨੀਆ ਦੀ ਆਈਸਕ੍ਰੀਮ ਸਭ ਤੋਂ ਮਹਿੰਗੀ। ਆਈਸਕ੍ਰੀਮ ਖਾਣ ਦੇ ਹਰ ਬੰਦਾ ਸ਼ੌਕੀਨ ਹੁੰਦਾ, ਇੱਧਰਲੇ ਬਾਹਰਲੇ ਮੁਲਕਾਂ 'ਚ ਬੜਾ ਵਧੀਆ ਮਾਹੌਲ ਦੇਖਿਆ। ਪਿੰਡਾਂ ਦੀ ਪਹਿਲਾਂ ਗੱਲ ਕਰ ਲਈ ਤਾਂ ਪਿੰਡਾਂ ਆਉਂਦਾ ਹੁੰਦਾ ਸੀ, ਪਿੰਡਾਂ ਦੇ ਵਿੱਚ ਉਹ ਰੰਦਾ ਪੁੱਠਾ ਕੀਤਾ ਹੁੰਦਾ ਸੀ ਅਤੇ ਬਰਫ ਉੱਤੇ ਲੈ ਕੇ ਅਤੇ ਉਹਨੂੰ ਰਗੜ ਕੇ ਅਤੇ ਉਹਦੇ 'ਚ ਕਰੀਮ ਕਰੂਮ ਜੀ ਰੰਗ ਰੁੰਗ ਪਾ ਕੇ ਦਿੰਦੇ, ਦੋ ਤਿੰਨ ਰੰਗ ਪਾ ਕੇ ਨਿਆਣੇ ਬੜੇ ਸਵਾਦ ਨਾਲ ਖਾਂਦੇ ਸੀ। ਇੱਧਰਲੇ ਮੁਲਕਾਂ ਦੇ ਵਿੱਚ ਚਾਹੇ ਗੱਡੀ ਆਉਂਦੀ ਆ ਘੰਟੀ ਮਾਰਦੀ ਆ ਕੇ ਤਾਂ ਉਹ ਤੁਸੀਂ ਆਈਸਕ੍ਰੀਮ ਲੈਂਦੇ ਹੋ, ਪਰ ਇਹ ਆਈਸਕ੍ਰੀਮ ਦੁਨੀਆ ਦੀ ਸਭ ਤੋਂ ਮਹਿੰਗੀ ਆਈਸਕ੍ਰੀਮ ਆ ਜੀ। ਇਹ ਇੱਕ ਦੁਬਈ ਦੇ ਵਿੱਚ ਹੈ ਜੀ, ਸਕੂਪੀ ਕੈਫੇ ਦੁਬਈ ਦੇ ਵਿੱਚ। ਪਹਿਲਾਂ ਮੈਂ ਕੀਮਤ ਦੱਸ ਦੇਵਾਂ ਫਿਰ ਪਤਾ ਲੱਗੂ। ਕੀਮਤ ਹੈ ਜੀ ਇੱਕ ਕੁਲਫੀ ਆਈਸਕ੍ਰੀਮ ਦੀ 62,000 ਰੁਪਈਆ ਲਗਭਗ, ਇੰਡੀਆ ਦਾ, ਇੰਡੀਆ ਦੀ ਗੱਲ ਕਰੀਏ 62,000 ਰੁਪਏ ਦੀ ਕੁਲਫੀ ਹੈ, ਅਤੇ ਮੇਰੇ ਖਿਆਲ 40,000 ਨੂੰ ਤੋਲਾ, ਤਾਂ ਮਤਲਬ 1.5 ਤੋਲਾ ਲੱਗ ਗਿਆ ਕੁਲਫੀ ਦੇ ਇੱਕ ਬੰਦੇ ਦਾ। ਹੁਣ ਕਈ ਬੰਦੇ ਕੋਲ ਹੈ ਹੀ 1.5 ਤੋਲਾ, ਅਤੇ ਕੁਲਫੀ ਖਾਣ ਨੂੰ ਜੀ ਕਰਦਾ ਆਈਸਕ੍ਰੀਮ, ਤਾਂ 1.5 ਤੋਲਾ ਤਾਂ ਲੱਗ ਗਿਆ। ਪਰ ਉਹ ਦੱਸਦੇ ਨੇ ਜੀ ਇਹ 'ਚ ਬਲੈਕ ਡਾਇਮੰਡ ਕੁਲਫੀ ਦਾ ਨਾਂ ਆ, ਇਟਾਲੀਅਨ ਟਰੈਫਲ ਹੈਗੇ ਨੇ ਇਹ 'ਚ, ਇਰਾਨੀ ਕੇਸਰ ਆ, ਅਤੇ 23 ਕੈਰਟ ਸੋਨੇ ਦੇ ਗੁੱਛੇ ਵਿੱਚ ਹੈਗੇ ਨੇ। ਇਹ ਇਸ ਕਰਕੇ ਇੰਨੀ ਮਹਿੰਗੀ ਹੈ, ਹੁਣ ਇਹ ਨਹੀਂ ਸਮਝ ਖਾਂਦਾ ਕੌਣ ਹੋਊ ਤਾਂ ਕਾਲੇ ਨੇ, ਤਾਂ ਇਹੀ ਕਹਿਣਾ ਵੀ ਆ ਦੋ ਆਈਸਕ੍ਰੀਮਾਂ ਲੈ ਆਓ ਜੀ, ਮੈਂ ਤਾਂ ਆਪਦਾ ਵਾਲੀਆਂ ਦਾ ਸੈੱਟ ਤਾਂ ਬਣਾ ਲਾ, ਕਿ ਮੈਂ ਬੜੀ ਦੇਰ ਹੋ ਗਈ ਬਣਾਇਆ ਨਹੀਂ। ਇੱਕ ਇੱਧਰਲੇ ਮੁਲਕਾਂ ਦੇ ਵਿੱਚ ਵੀ ਕੋਈ ਦਾਰੂ ਆਉਂਦੀ ਆ, ਉਹਦੇ ਵਿੱਚ ਵੀ ਥੱਲੇ ਸੋਨਾ ਜਿਹਾ ਹੁੰਦਾ। ਸਾਡੇ ਇੱਕ ਪਹਿਲਾਂ ਇੰਡੀਆ ਰਹਿੰਦੇ ਸੀ ਅਤੇ ਬੰਦਾ ਕੋਈ ਲੈ ਗਿਆ ਸੀ, ਉਹ ਅਤੇ ਉਹ ਜਨਾਨੀ ਕੋਈ ਕਹਿੰਦੀ ਪੀ ਲਿਆ ਕਰੋ, ਇਹ ਪੁਣ ਕੇ ਪੀ ਲਿਆ ਕਰੋ, ਆ ਸੋਨਾ ਜਿਹਾ ਮੈਂ ਦੇ ਦਿਆ ਕਰੋ। ਸੋ ਆਈਸਕ੍ਰੀਮ ਦੇ ਵਿੱਚੋਂ ਸੋਨਾ ਨਿਕਲਦਾ ਹੋਇਆ, ਤਾਂ ਫਿਰ ਤਾਂ ਘਰਵਾਲੀ ਨੇ ਕਹਿ ਦੇਣਾ ਵੀ ਭਾਈ ਆਈਸਕ੍ਰੀਮ ਤਾਂ ਲੈ ਲਓ, ਵਿੱਚੋਂ ਸੋਨਾ ਸੋਨਾ ਮੈਨੂੰ ਦੇ ਦਿਓ, ਲਗਭਗ 23 ਕੈਰਟ ਸੋਨਾ ਜਿਹੜਾ ਮਹਿਣਾ ਰੱਖਦਾ ਜੀ, ਛੋਟੀ ਮੋਟੀ ਗੱਲ ਨਹੀਂ ਹੈਗੀ। ਨਾਲ ਹੀ ਮੈਂ ਤੁਹਾਨੂੰ ਇੱਕ ਮਹਿੰਗੇ ਪਰਸ ਸ਼ਾਇਦ ਪਹਿਲਾਂ ਵੀ ਜ਼ਿਕਰ ਕੀਤਾ ਸੀ, ਪਰ ਹੁਣ ਮੈਂ ਪਰਸ ਕਰਦਾ, ਪਰਸ ਮਹਿੰਗੇ ਤੋਂ ਮਹਿੰਗਾ ਅਗਰ ਕਿਸੇ ਨੇ ਦੇਖਣਾ ਹੋਵੇ, ਅਤੇ ਮਹਿੰਗੇ ਤੋਂ ਮਹਿੰਗਾ ਪਰਸ ਨਵੰਬਰ 2020 ਦੇ ਵਿੱਚ ਇੱਕ ਲੱਗਿਆ ਸੀ, £6 ਮਿਲੀਅਨ, ਲਗਭਗ $7.25 ਮਿਲੀਅਨ ਅਤੇ $52 ਕਰੋੜ ਇੰਡੀਆ ਦਾ, ਅਤੇ ਉਹ 18 ਕੈਰਟ ਦਾ ਸੀਗਾ, ਅਤੇ ਬਹੁਤ ਮਹਿੰਗੇ ਹੀਰੇ ਜਵਾਹਰਤ ਲੱਗੇ ਹੋਣੇ। ਆਪਾਂ ਹੋ ਗਏ ਹੁਣ ਢੱਡੀਆਂ ਵਾਲਾ ਸਾਹਿਬ, ਕੋਈ ਲੋਕੀ ਕਹਿ ਸਕਦੇ 2 ਕਰੋੜ ਦਾ ਮੋਬਾਈਲ ਆ, ਹੀਰੇ ਜੜਿਆ ਹੋਇਆ, ਅਤੇ ਪਰਸ ਤਾਂ ਹੋ ਹੀ ਸਕਦਾ 52 ਕਰੋੜ ਦਾ, ਕੋਈ ਐਸੀ ਗੱਲ ਨਹੀਂ ਹੈਗੀ। ਅਤੇ ਇਹ ਮਤਲਬ ਇਹ ਹੈ ਵੀ ਇਹ ਪਰਸ ਇੰਨਾ ਮਹਿੰਗਾ ਹੈ, ਦੁਨੀਆ ਦੇ ਸਭ ਤੋਂ ਮਹਿੰਗੇ। ਹੁਣ ਜਿਹੜਾ ਪਰਸ ਇੱਕ ਸਾਂਝਾ ਕੀਤਾ, ਇਹ ਸੀਰਮ ਕੰਪਨੀ ਇੰਡੀਆ ਦੀ, ਜਿਹਨੇ ਆਹ ਵੈਕਸੀਨ ਬਣਾਈ ਆ ਕੋਵਿਡ ਦੀ, ਕਰੋਨਾ ਦੀ ਵੈਕਸੀਨ ਬਣਾਈ ਸੀਵਨ ਕੈਸ ਸੀਰਮ ਕੰਪਨੀ, ਉਹਦਾ CEO ਹੈ ਆਧਾਰ ਪੂਨਾਵਾਲਾ, ਉਹਦੀ ਵਾਈਫ ਹੈ ਨਤਾਸ਼ਾ ਪੂਨਾਵਾਲਾ। ਉਹਨੇ ਇੱਕ ਵੀਡੀਓ ਫੇਸਬੁੱਕ 'ਤੇ ਪਾਈ ਇੱਕ ਪਰਸ ਦੀ, ਉਹ ਜਿਹੜਾ ਕਿ 80 ਲੱਖ ਰੁਪਏ ਦਾ ਪਰਸ ਉਹਨੇ ਲਿਆ, ਉਹ 80 ਲੱਖ ਰੁਪਏ ਦਾ। ਇਹਦਾ ਮਤਲਬ ਕੋਵਿਡ ਦੀ ਦਵਾਈ ਕਾਫੀ ਵੇਚੀ ਉਹਨਾਂ ਦੀ, ਪਤਾ ਨਹੀਂ ਗੌਰਮੈਂਟ ਨੇ ਪੈਸੇ ਦਿੱਤੇ ਵੀ ਹੋਣੇ, ਕਹਿੰਦੇ ਭਾਰਤੀ ਗੌਰਮੈਂਟ ਨੇ, ਪਰ ਉਹ 80 ਲੱਖ ਦਾ ਪਾਸ ਹੈ ਹੈਗਾ ਜੀ ਪਰਸ, ਜਿਹੜਾ ਨੀਲੇ ਰੰਗ ਦਾ ਪਰਸ, ਜਿਹੜਾ ਪਰਸਾਂ ਦੇ ਵਿੱਚ ਤੁਸੀਂ ਦੇਖਿਆ ਉਹ ਨੀਲੇ ਰੰਗ ਦਾ ਪਰਸ, ਜਿਹੜਾ ਉਹ 80 ਲੱਖ ਰੁਪਏ ਦਾ ਉਹਨੇ ਤਾਜ਼ਾ ਖਰੀਦਿਆ। ਹਰ ਬੰਦਾ ਸੋਹਣੇ ਹੋਣ ਵਾਸਤੇ ਬਹੁਤ ਕੁਝ ਕਰਦਾ, ਲੇਡੀਜ਼ ਦੀ ਗੱਲ ਕਰੀਏ, ਕੁੜੀਆਂ ਦੀ ਗੱਲ ਕਰੀਏ, ਬਿਊਟੀ ਪਾਰਲਰ ਬਣੇ ਨੇ, ਬਹੁਤ ਕੁਝ ਕਰਦਾ। ਮੁੰਡੇ ਵੀ ਬਿਊਟੀ ਪਾਰਲਰ ਜਾਂਦੇ ਨੇ ਸੋਹਣਾ ਬਣਨ ਵਾਸਤੇ, ਕੋਈ ਨੌਂ ਨੂੰ ਵੀ ਉਹ ਕਰਵਾਉਂਦੇ, ਕੀ ਕਹਿੰਦੇ ਹੁੰਦੇ ਆ, ਪੈਡੀਕਿਓਰ ਅਤੇ ਕੀ ਹੁੰਦੇ ਆ, ਮੈਨੀਕਿਓਰ ਟਾਈਪ ਬੰਦੇ ਵੀ ਕਰਵਾਉਂਦੇ ਨੇ। ਪਰ ਜੇ ਅਸੀਂ ਇਹ ਕਹੀਏ ਵੀ ਕੋਈ ਬੰਦਾ ਕਹਿੰਦਾ ਜਾਂ ਕੋਈ ਕੁੜੀ ਕਹਿੰਦੀ ਹੈ ਵੀ ਮੈਨੂੰ ਤਾਂ ਰੱਬ ਨੇ ਇੰਨੀ ਸੋਹਣੀ ਬਣਾ ਕੇ ਦੱਸਿਆ ਪਈ ਬਾਤ ਆ, ਤਾਂ ਵਾਕਿਆ ਗੱਲ ਦਿੱਕਤ ਨਹੀਂ ਹੋਊਗੀ। ਇੱਕ ਸਵਿਟਜ਼ਰਲੈਂਡ ਦੀ ਮਾਡਲ ਹੈ 26 ਸਾਲਾਂ ਦੀ, ਨਾਮ ਉਹਦਾ ਸੈਲੀਨ ਸੈਂਟੀਨੋ ਆ, 26 ਸਾਲ ਉਮਰ ਹੈ ਉਹਦਾ। ਇਹ ਕਹਿਣਾ ਜੀ ਵੀ ਮੈਨੂੰ ਵਿਆਹ ਦਾ ਬੜਾ ਔਖਾ ਹੋ ਰਿਹਾ, ਮੈਨੂੰ ਕੋਈ ਮੁੰਡਾ ਮਿਲਦਾ ਹੀ ਨਹੀਂ, ਬੁਆਏਫ੍ਰੈਂਡ ਵੀ ਨਹੀਂ ਮਿਲਦਾ, ਵਿਆਹ ਤੋਂ ਦੂਰ ਦੀ ਗੱਲ ਹੈ। ਅਤੇ ਉਹ ਕਹਿੰਦੀ ਮੈਂ ਬਾਹਲੀ ਔਖੀ ਹੈਗੀ ਹਾਂ, ਤਾਂ ਮੈਨੂੰ ਮੈਂ ਸੋਹਣੀ ਹੈ ਨਹੀਂ, ਰੱਬ ਨੇ ਬਣਾ ਦਿੱਤਾ ਵੀ ਮੇਰੇ ਬਰਾਬਰ ਕੋਈ ਖੜਦਾ ਹੀ ਨਹੀਂ ਹੈਗਾ, ਕਈ ਤਾਂ ਮੈਨੂੰ ਦੇਖ ਕੇ ਦੂਰੋਂ ਹੀ ਚੱਲ ਜਾਂਦੇ ਵੀ ਹਾਏ ਹਾਏ ਰੱਬਾ ਇੰਨੀ ਸੋਹਣੀ, ਅਤੇ ਕਈ ਡੇਟ ਡੂਟ ਕਰਕੇ ਤਾਂ ਫੇਰ ਭੱਜ ਜਾਂਦੇ ਆ। ਚਲੋ ਖੈਰ, ਇਹ ਇੱਕ ਹੁਣ ਆਖਰੀ ਜਿਹੜੀ ਹੈਗੀ ਆ ਵੀਡੀਓ, ਛੋਟੀ ਜਿਹੀ ਵੀਡੀਓ ਹੈ ਪਰ ਬੜਾ ਮਨੋਰੰਜਨ ਕਰੂਗੀ ਤੁਹਾਡਾ ਮੈਨੂੰ ਲੱਗਦਾ। ਅਕਸਰ ਅਸੀਂ ਔਨਲਾਈਨ ਬੜਾ ਕੁਛ ਮੰਗਵਾਉਂਦੇ ਹਾਂ, ਬੜਾ ਕੁਛ ਭੇਜਦੇ ਹਾਂ ਆਪਣੇ ਰਿਸ਼ਤੇਦਾਰਾਂ ਦੋਸਤਾਂ ਨੂੰ, ਗਿਫਟ ਭੇਜਣੇ, ਈਵਨ ਇੰਡੀਆ ਦੇ ਵਿੱਚ ਬਰਥਡੇ ਆ ਤਾਂ ਕੇਕ ਤੁਸੀਂ ਇੱਥੋਂ ਭੇਜਣਾ, ਤਾਂ ਕੇਕ ਇੱਥੋਂ ਔਨਲਾਈਨ ਭੇਜੋ, ਤਾਂ ਇੰਡੀਆ 'ਚੋਂ ਉਹਦੇ ਘਰ ਜਿੰਨੇ ਵਜੇ ਤੁਸੀਂ ਕਹੋਗੇ ਤਾਂ ਉਹ 10 ਮਿੰਟ ਪਹਿਲਾਂ ਕੇਕ ਪਹੁੰਚ ਜਾਂਦਾ। ਕਿਸੇ ਦਾ ਬਰਥਡੇ ਆ, ਫੁੱਲ ਭੇਜਣੇ ਆ, ਇੱਥੋਂ ਕਰੋ ਔਨਲਾਈਨ, ਤਾਂ ਠਾ ਦੇਣੀ ਉੱਥੇ ਉਹਦੇ ਘਰ ਫੁੱਲ ਖੁੱਲ੍ਹਣ ਅੱਗੇ ਦਸਤਾ ਪਹੁੰਚ ਜਾਂਦਾ। ਕੁਛ ਵੀ ਤੁਸੀਂ ਕਿਸੇ ਨੂੰ ਗਿਫਟ ਕਰਨਾ ਤਾਂ ਮਿੰਟੋ ਮਿੰਟ ਹੀ ਪਹੁੰਚ ਜਾਂਦਾ ਪੂਰੀ ਦੁਨੀਆ ਦੇ ਵਿੱਚ। ਇੱਕ ਕੁੜੀ ਨੇ ਆਪਣੇ ਐਕਸ ਬੁਆਏਫ੍ਰੈਂਡ ਨੂੰ ਗਿਫਟ ਕੀਤਾ,
की गिफ्ट किया पहला आह वीडियो देख लो, वीडियो तो बाद फिर दसांगे भी असल च इहदी कहानी की सी। अंग्रेजी दे विच वीडियो है, कुड़ी ने अपने एक्स बॉयफ्रेंड नूं गिफ्ट किया कुछ, तो जिहड़ा डिलीवरी वाला वह देण गया, उदू अगे की हुंदा छोटी जी वीडियो 20 सैकेंड दी, उदू बाद वापस आउंदे। That's from your ex-girlfriend. Please sign here. Thank you. She actually wanted me to give you a punch, but she couldn't pay for it. Thank you. Ji, is video de vich delivery karan wala janda te taad deni bande ne bell marda, je banda door khol taad deni door te thappar marda, te ohde jad nu soche vi mere kyon mare te oh kehnda vi sign kar de, ਇਹ ਤੇਰੇ ਵਾਸਤੇ ਡਿਲੀਵਰੀ ਸੀਗੀ, ਤੇਰੀ ਐਕਸ ਗਰਲਫ੍ਰੈਂਡ ਨੇ ਦੋ ਥੱਪੜ ਭੇਜੇ ਆ ਤੇਰੇ ਵਾਸਤੇ, ਅਤੇ ਉਹ ਸਾਈਨ ਕਰਦੇ ਅਤੇ ਮੈਂ ਆਪਣਾ ਮੇਰਾ ਕੰਮ ਹੋ ਗਿਆ, ਮੈਂ ਜਾਵਾਂ। ਅਤੇ ਨਾਲ ਦੀ ਨਾਲ ਉਹਨੇ ਇਹ ਵੀ ਕਿਹਾ ਵੀ ਤੇਰੀ ਗਰਲਫ੍ਰੈਂਡ ਜਿਹੜੀ ਆ ਉਹ ਭੇਜਣੀ ਚਾਹੁੰਦੀ ਸੀ ਘਸੁੰਨ, ਵੀ ਜਾ ਕੇ ਦੋ ਘਸੁੰਨ ਮਾਰੀ ਉਹਦੀ ਵੱਖੀ 'ਚ, ਪਰ ਕਹਿੰਦਾ ਉਹਦੇ ਕੋਲ ਇੰਨੇ ਪੈਸੇ ਹੈ ਨਹੀਂ ਸੀਗੇ, ਉਹਦੇ ਕੋਲ ਪੈਸੇ ਸੀਗੇ ਥੱਪੜਾਂ ਜੋਗੇ, ਅਤੇ ਉਹਨੇ ਇਸ ਕਰਕੇ ਥੱਪੜ ਹੀ ਭੇਜੇ ਨੇ। ਸੋ ਭਾਈ ਥੱਪੜ ਥੁੱਪੜ ਵੀ ਜਿਹੜੇ ਆ ਉਹ ਵੀ ਜਾਣ ਲੱਗ ਪਏ ਨੇ ਡਿਲੀਵਰੀ। ਇਹ ਮੇਰੇ ਖਿਆਲ ਵੈਸੇ ਕਿਸੇ ਨੇ ਫੰਡ ਦੇ ਤੌਰ 'ਤੇ ਬਣਾਈ ਆ ਐਡ, ਵੀ ਇੱਦਾਂ ਦਾ ਵੀ ਸਮਾਂ ਆਉਣ ਵਾਲੇ ਸਮੇਂ ਦੇ ਵਿੱਚ ਆ ਸਕਦਾ। ਔਰ ਗੋਲੀ ਤੁਸੀਂ ਕਿਸੇ ਦੇ ਮਾਰਨੀ ਹੈ, ਗੋਲੀ ਕਰ ਦਿਓ ਜੀ ਉੱਥੋਂ ਔਨਲਾਈਨ ਔਡਰ ਕਰਕੇ ਜੀ, ਆ ਗੋਲੀ ਦਾ ਗੋਲੀ ਚੱਲ ਜੂਗੀ ਕਿਸੇ ਦੇ ਵੱਜਣ ਵਾਸਤੇ। ਡੋਰ ਜੇ ਲੇਟ ਹੋ ਗਿਆ, ਡੋਰ ਡੂਰ ਨਹੀਂ ਖੋਲਿਆ, ਗੋਲੀ ਬਾਹਰ ਖੜੀ ਰਹੂਗੀ, ਜਦੋਂ ਡੋਰ ਖੋਲਿਆ ਤਾਂ ਉਹਨੂੰ ਕਹੂ ਗੁੱਡ ਮੋਰਨਿੰਗ ਜੀ ਠਾ। ਇੱਦਾਂ ਦੇ ਸਮਾਂ ਜਿਹੜਾ ਆ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ, ਸਮਾਂ ਤਬਦੀਲ ਹੁੰਦਾ ਰਹਿੰਦਾ, ਪਰ ਇਹ ਆਵਾਜ਼ ਵਧੀਆ ਲੱਗੀ ਮੈਨੂੰ ਵੀ ਥੱਪੜ ਜਿਹੜੇ ਆ ਉਹਨੇ ਉਹਨੂੰ ਭੇਜੇ ਆਪਦੇ ਐਕਸ ਬੋਏਫ੍ਰੈਂਡ ਨੂੰ। ਚਲੋ ਬ੍ਰੇਕ ਤੋਂ ਬਾਅਦ ਆਪਾਂ ਵਿਸ਼ੇ ਵੱਲ ਜਾ ਕੇ ਅਤੇ ਤੁਹਾਡੀਆਂ ਕਾਲਾਂ ਸਿਲਸਿਲਾ ਸ਼ੁਰੂ ਕਰਾਂਗੇ ਜੀ। ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ ਅਤੇ ਤੁਸੀਂ ਦੇ ਇਸੇ ਤਰ੍ਹਾਂ ਦੇਖਦੇ ਰਹੋ ਜਸ ਪੰਜਾਬ। ਹਾਜ਼ਰ ਹਾਂ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਰੂਬਰੂ, ਤੁਹਾਡੀਆਂ ਕਾਲਾਂ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਡਾਕਟਰ ਨਵਦੀਪ ਸ਼ਰਮਾ ਅੱਜ ਨਹੀਂ ਹੈਗੇ ਫੋਨ 'ਤੇ, ਅਤੇ ਅੱਜ ਤੁਹਾਡੀਆਂ ਕਾਲਾਂ ਇਸ ਦੀਆਂ ਲੈਣੀਆਂ। ਮੈਂ ਜਿਵੇਂ ਸ਼ੁਰੂ ਦੇ ਵਿੱਚ ਇੱਕ ਗੱਲ ਕੀਤੀ ਸੀ, ਆਪਾਂ ਨਵਜੋਤ ਸਿੱਧੂ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਚੰਗਾ ਰੁਝਾਨ ਆ, ਖੈਰ ਐਸੀ ਗੱਲ ਨਹੀਂ, ਕੋਈ ਚੇਂਜ ਚਾਹੀਦੀ ਹੈ, ਇਹ ਹਮੇਸ਼ਾ ਆਪਾਂ ਗੱਲ ਕੀਤੀ ਹੈ। ਊਂ ਵੀ ਇਮਾਨਦਾਰ ਸ਼ਖਸ ਦੇ ਤੌਰ 'ਤੇ ਜਾ ਜਾਂਦਾ, ਊਂ ਬੜਬੋਲਾ ਥੋੜ੍ਹੇ ਹੈਗਾ, ਪਰ ਆਪਾਂ ਗੱਲ ਕੀਤੀ ਸੀ ਵੀ 4 ਸਾਲ 4.5 ਸਾਲ ਜਿੰਨੇ ਵੀ ਹੈਗੇ ਨੇ ਉਹਨਾਂ ਦੇ ਖਰਚੇ ਜਿਹੜੇ ਨੇ ਸਰਕਾਰ 'ਤੇ ਪਈ ਗਏ। ਅੱਜ ਇਹੀ ਵਿਸ਼ਾ ਮੈਂ ਲੈ ਕੇ ਆਇਆ, ਮੈਂ ਤੁਹਾਨੂੰ ਸ਼ਾਇਦ ਪਤਾ ਹੋਏਗਾ, ਇੱਕ ਵਾਰੀ ਪਹਿਲਾਂ ਆਪਾਂ ਜ਼ਿਕਰ ਕੀਤਾ ਸੀਗਾ ਤੁਹਾਡੇ ਕੋਲ, ਵੀ ਜਿਹੜੇ MP ਨੇ ਜਾਂ ਰਾਜ ਭਵਨ ਨੇ ਜਾਂ ਸੰਸਦ ਦੇ ਮੈਂਬਰ ਨੇ ਜਾਂ ਸੰਸਦ ਹੈਗਾ, ਉੱਥੋਂ ਦੀ ਜਿਹੜੀ ਕੰਟੀਨ ਹੈਗੀ ਆ ਇਹਨਾਂ ਲੀਡਰਾਂ ਵਾਸਤੇ ਬਹੁਤ ਸਸਤੀ ਸੀਗੀ, ਹੁਣ ਵੀ ਸਸਤੀ ਹੈ। ਮਤਲਬ ਕਹਿਣ ਦਾ ਵੀ ਜਿਹੜੀ ਬਾਹਰ ਜਦੋਂ 200 ਰੁਪਏ ਦੀ ਕੋਈ ਚੀਜ਼ ਆਉਂਦੀ ਸੀ, ਜਿਹੜੀ ਵੀ ਕੋਈ ਥਾਲੀ ਕਹਿ ਲਓ, ਰੋਟੀ ਕਹਿ ਲਓ, ਦਾਲ ਕਹਿ ਲਓ, ਕੁਛ ਕਹਿ ਲਓ, ਤਾਂ ਉਦੋਂ ਉੱਥੇ 40 ਰੁਪਈਏ ਦੀ ਸੀਗੀ। ਹੁਣ ਮੇਰੇ ਖਿਆਲ ਜਿਹੜੀ ਬਾਹਰ ਕੋਈ 1,000 ਕੁ ਰੁਪਏ ਦੀ ਚੀਜ਼ ਆਉਂਦੀ ਹੋਏਗੀ ਤਾਂ ਉੱਥੇ ਉਹ 50-60 ਰੁਪਏ ਦੀ ਚੀਜ਼ ਮਿਲਦੀ ਇਹਨਾਂ ਨੂੰ ਖਾਣ ਨੂੰ। ਇਕੱਲਾ ਇਹੀ ਨਹੀਂ, ਇਹਨਾਂ ਦੀਆਂ ਤਨਖਾਹਾਂ ਜਿਹੜੀਆਂ ਪਹਿਲਾਂ ਬਹੁਤ ਘੱਟ ਹੁੰਦੀਆਂ ਸੀ, ਆਪਾਂ ਇਹ ਵੀ ਬੜੇ ਹੈਰਾਨ ਹੁੰਦੇ ਹਾਂ ਵੀ ਇੱਕ MLA ਦੀ ਤਨਖਾਹ ਜੇ ਜ਼ਿਕਰ ਕਰੀਏ, ਪੰਜਾਬ ਦੀ ਗੱਲ ਕਰਨੇ ਪਹਿਲਾਂ ਆਪਾਂ MLA ਤਨਖਾਹ ਜ਼ਿਕਰ ਕਰੀਏ ਤਾਂ ਮਾਸਟਰ ਜਿੰਨੀ ਹੁੰਦੀ ਹੈ, ਅਤੇ ਮਾਸਟਰ ਵਿਚਾਰਾ ਟਿਊਸ਼ਨਾਂ ਵੀ ਪੜ੍ਹਾਉਂਦਾ ਹੈ, ਅਤੇ ਤਨਖਾਹ ਜਿੰਨੀ ਉਹਨੂੰ ਮਿਲਦੀ ਹੈ ਉਹਦੇ 'ਚ ਫਿਰ ਵੀ ਵਿਚਾਰਾ ਸਾਰੀ ਉਮਰ ਸਕੂਟਰ 'ਤੇ ਰਹਿੰਦਾ, ਉਹ ਕਾਰਕੂਟ ਲੈਣ ਦਾ ਸੁਭਾਗ ਪ੍ਰਾਪਤ ਹੁੰਦਾ ਹੀ ਨਹੀਂ ਸੀ, ਹੁਣ ਚਲੋ ਸਮਾਂ ਚੇਂਜ ਹੋ ਗਿਆ। ਪਹਿਲਾਂ ਲੀਡਰਾਂ ਦੀ ਤਨਖਾਹ ਮਾਸਟਰਾਂ ਜਿੰਨੀ ਹੁੰਦੀ, ਮਤਲਬ 45-50 ਹਜ਼ਾਰ, ਫਿਰ 90 ਕੁ ਹਜ਼ਾਰ ਹੋ ਗਈ। ਹੁਣ MLA ਤਨਖਾਹ ਮੇਰੇ ਖਿਆਲ 1.5 ਲੱਖ ਦੇ ਕਰੀਬ ਹੈਗੀ ਤਨਖਾਹ, ਅਤੇ 1.5 ਲੱਖ ਰੁਪਈਆ ਉਹਨਾਂ ਨੂੰ ਭੱਤੇ ਮਿਲ ਜਾਂਦੇ ਨੇ, ਚਲੋ 3 ਕੁ ਲੱਖ ਰੁਪਈਆ ਹੋ ਗਿਆ। ਆਪਾਂ ਮੁੱਖ ਦੀ ਗੱਲ ਇਹ ਅੱਜ ਕਰਨੀ ਆ ਕਿ ਲੀਡਰਾਂ ਦੀ ਵਜ੍ਹਾ ਨਾਲ ਕਿਸੇ ਵੀ ਸਟੇਟ ਦੇ, ਖਾਸ ਤੌਰ 'ਤੇ ਪੰਜਾਬ ਦੇ ਉੱਪਰ ਜਿਹੜਾ ਬੋਝ ਪੈਂਦਾ ਫਾਈਨੈਂਸ਼ਲੀ ਬੋਝ, ਉਹ ਕੀ ਇੱਕ ਮੈਂ ਵਿੱਚ ਗੱਲਾਂ ਤੋਂ ਗੱਲਾਂ ਚੇਤੇ ਆਈ ਜਾਂਦੀਆਂ, ਇੱਕ ਸੀਗੀ ਬੀਬੀ ਸੀਗੀ ਮੰਤਰੀ ਮੇਰੇ ਖਿਆਲ ਪਿਛਲੀ ਸਰਕਾਰ ਦੇ ਵਿੱਚ, ਹਾਂ, ਅਤੇ ਉਹਦੇ ਦੰਦਾਂ ਦਾ ਹੀ ਖਰਚਾ, ਉਹਨੇ ਦੰਦ ਦੁੰਦ ਕਿਤੇ ਠੀਕ ਠੂਕ ਕਰਾਏ ਜਾਂ ਨਵੇਂ ਲਵਾਏ, ਕੀ ਕਿਰਾਏ ਕਰਾਇਆ ਸੀਗਾ, ਅਤੇ ਉਹਦੇ ਦੰਦਾਂ ਦਾ ਹੀ ਖਰਚਾ ਪਤਾ ਨਹੀਂ ਕਿੰਨੇ 49-50 ਲੱਖ ਰੁਪਈਆ ਆਇਆ ਉਦੋਂ, ਅਤੇ ਉਹ ਪਾਸ ਕੀਤਾ ਗੌਰਮੈਂਟ ਨੇ। ਉਹਨਾਂ ਦੀ ਗੱਲ ਛੱਡੋ, ਬਾਦਲ ਸਾਹਿਬ ਦੇ ਇਲਾਜ ਦਾ ਖਰਚਾ ਜਿਹੜਾ ਮਤਲਬ ਅੱਜ ਤੋਂ 4-5 ਸਾਲ ਪਹਿਲਾਂ ਹੋਇਆ ਸੀ ਅਮੈਰੀਕਾ ਦੇ ਵਿੱਚ, 3 ਕਰੋੜ ਕੁਛ ਸੀਗਾ, ਉਹ ਹੁਣ ਉਹ ਵੀ ਪਾਸ ਹੋ ਗਿਆ। ਇਹ ਚਲੋ ਛੋਟੀਆਂ ਛੋਟੀਆਂ ਗੱਲਾਂ ਨੇ, ਵੱਡੀਆਂ ਗੱਲਾਂ ਇਦੂ ਇਹ ਹੈ ਕਿ ਇਹਨਾਂ ਨੂੰ ਸਾਰੀ ਜ਼ਿੰਦਗੀ ਜਿਹੜੇ ਭੱਤੇ ਮਿਲਦੇ ਨੇ, ਜਿਹੜਾ ਬੰਦਾ ਇੱਕ ਵਾਰੀ MLA ਬਣ ਗਿਆ, MP ਬਣ ਗਿਆ, ਰਾਸ਼ਟਰਪਤੀ ਪ੍ਰਧਾਨ ਮੰਤਰੀ ਤਾਂ ਬਹੁਤ ਤਾਹਾਂ ਦੀ ਗੱਲ ਹੈ, ਉਹਨਾਂ ਨੂੰ ਵੀ ਸਾਰੀ ਜ਼ਿੰਦਗੀ ਭੱਤੇ ਮਿਲਦੇ ਆ। ਮੈਂ ਵੀ ਸੋਚਦਾ ਸੀ ਵੀ ਲੀਡਰ ਕਿਉਂ ਲੋਕ ਭੱਜ ਭੱਜ ਕੇ ਵੋਟਾਂ ਵਾਲੇ ਪਾਸੇ ਜਾਂਦੇ, ਜਦੋਂ ਇਹਦਾ ਅੰਕੜੇ ਪਤਾ ਕੀਤੇ ਤਾਂ ਕਾਫੀ ਅੱਛਾ। ਇਦੋਂ ਇਹ ਵੀ ਛੱਡੋ,
ਉਦੋਂ ਉੱਪਰਲੀ ਗੱਲ ਪੈਨਸ਼ਨਾਂ ਜਿਹੜੀਆਂ ਮਿਲਦੀਆਂ ਨੇ ਲੀਡਰਾਂ ਨੂੰ ਪ੍ਰਧਾਨ ਮੰਤਰੀ ਦੀ ਤਨਖਾਹਾਂ ਨਾਲੋਂ ਜ਼ਿਆਦਾ ਬਿਨਾਂ ਵਜ੍ਹਾ ਪੈਨਸ਼ਨਾਂ ਲਈ ਜਾਂਦੇ ਜਿਹੜੇ ਵੀ ਕਿਸੇ ਇੱਕ ਵੀ ਡਿਪਾਰਟਮੈਂਟ 'ਚ ਕੰਮ ਕੀਤਾ ਕੋਈ ਚੇਅਰਮੈਨ ਰਹਿ ਗਿਆ ਕੁਛ ਰਹਿ ਗਿਆ ਕੁਛ ਰਹਿ ਕੁਛ ਰਹਿ ਗਿਆ ਉਹਨਾਂ ਦੀਆਂ ਪੈਨਸ਼ਨਾਂ ਲੱਖਾਂ ਦੇ ਵਿੱਚ ਨੇ ਲਗਭਗ 2.25 ਲੱਖ ਤੋਂ ਲੈ ਕੇ 5-5-6-6 ਲੱਖ ਮਹੀਨੇ ਦੀ ਪੈਨਸ਼ਨ ਬਹੁਤ ਸਾਰੇ ਲੀਡਰ ਸਾਡੇ ਲੈਂਦੇ ਨੇ 129 ਪੰਜਾਬ ਦੇ ਐੱਮ ਐੱਲ ਏ ਨੇ ਐਕਸ ਐੱਮ ਐੱਲ ਏ ਪੁਰਾਣੇ ਐੱਮ ਐੱਲ ਏ 129 ਜਿਹੜੇ ਲਗਭਗ ਹੁਣ ਵਿਹਲੇ ਨੇ ਐੱਮ ਐੱਲ ਏ ਬਣ ਕੇ ਗੱਲ ਆਈ ਗਈ ਹੋ ਗਈ ਖਤਮ ਹੋ ਗਈ ਖਾ ਲਿਆ ਖਪ ਲਿਆ ਜੋ ਮੰਤਰੀ ਬਣ ਗਏ ਸੰਤਰੀ ਬਣ ਗਏ ਨਹੀਂ ਬਣ ਗਏ ਅਤੇ 129 ਇਹੋ ਜਿਹੇ ਐੱਮ ਐੱਲ ਏ ਨੇ ਜਿਹੜੇ 2.25 ਲੱਖ ਤੋਂ ਲੈ ਕੇ 4-5 ਲੱਖ ਤੱਕ ਦੀ ਪੈਨਸ਼ਨ ਲੈਂਦੇ ਨੇ ਕਈ ਤਾਂ ਬਾਹਲੀਆਂ ਕਈ ਕਈ ਪੈਨਸ਼ਨ ਲੈਂਦੇ ਨੇ ਬਾਦਲ ਸਾਹਿਬ ਦੀਆਂ ਦੱਸਦੇ ਕਾਫੀ ਪੈਨਸ਼ਨਾਂ ਹੈਗੀਆਂ ਇਹਨਾਂ ਦੇ ਵਿੱਚ ਹੁਣ ਮੈਡਮ ਭੱਠਲ 2.75 ਲੱਖ ਰੁਪਏ ਮਿਲਦਾ ਉਹਨਾਂ ਨੂੰ ਪੈਨਸ਼ਨ ਸਿੱਧੀ ਸਿੱਧੀ ਭੁੰਦੜ ਸਾਹਿਬ ਦੀ 2,75,000 ਲਾਲ ਸਿੰਘ ਦੀ 3.75 ਲੱਖ ਢੀਂਡਸਾ ਸਾਹਿਬ 2.75 ਲੱਖ ਹੈ ਹਰੀ ਸਿੰਘ ਜੀਰਾ 2.75 ਲੱਖ ਹੈ ਰਣੀਕੇ ਸਾਹਿਬ 2.25 ਲੱਖ ਹੈ ਬ੍ਰਹਮਪੁਰਾ ਮਤਲਬ ਆਹ ਜਿਹੜੇ ਅਸੀਂ ਜਿਹਨਾਂ ਨੂੰ ਜਿਹਨਾਂ ਲੀਡਰਾਂ ਨੂੰ ਮਤਲਬ ਹੁਣ ਉਹ ਪਿਛਲੀ ਕਤਾਰ 'ਚ ਆ ਗਏ ਨੇ ਵਾਹਵਾ ਪਿਛਲੀ ਕਤਾਰ 'ਚ ਆ ਗਏ ਨੇ ਉਹਨਾਂ ਦੀ ਗੱਲ ਕਰਦੇ ਹਾਂ ਅਤੇ ਜਿਹੜੇ ਹਜੇ ਮੂਹਰਲੀ ਕਤਾਰ 'ਚ ਉਹਨਾਂ ਦਾ ਪਤਾ ਨਹੀਂ ਕੀ ਹੋਊਗਾ ਵੈਸੇ ਚਲੋ ਇੱਕ ਜਾਣਕਾਰੀ ਵਾਸਤੇ ਤੁਹਾਡੇ ਨਾਲ ਸਾਂਝੀ ਕਰਦੇ ਜਾਣਕਾਰੀ ਵੀ ਰਾਸ਼ਟਰਪਤੀ ਦੀ ਤਨਖਾਹ ਇਸ ਸਮੇਂ 7 ਲੱਖ ਰੁਪਈਆ ਉਪ ਰਾਸ਼ਟਰਪਤੀ 4 ਲੱਖ ਹੈ ਪ੍ਰਧਾਨ ਮੰਤਰੀ ਦੀ 1,85,000 ਅਤੇ ਐੱਮ ਪੀ ਜਿਹੜਾ ਹੈਗਾ ਉਹਦੀ ਵੀ 1.5 ਲੱਖ ਰੁਪਈਆ ਤਨਖਾਹ ਆ ਅਤੇ 1.5 ਲੱਖ ਰੁਪਈਆ ਉਹਦੇ ਉੱਪਰਲੇ ਭੱਤੇ ਨੇ ਮਤਲਬ ਮੁੱਕਦੀ ਗੱਲ ਅੱਜ ਦਾ ਵਿਸ਼ਾ ਸਾਡਾ ਇਹ ਰਹੇਗਾ ਕਿ ਇਹਨਾਂ ਲੀਡਰਾਂ ਦੀ ਵਜ੍ਹਾ ਨਾਲ ਜੇ ਇਹਨਾਂ ਦੇ ਆਪਾਂ ਇੱਕ ਹੋਰ ਪੱਖ ਜੁੜ ਗਿਆ ਵਿੱਚ ਸਿਕਿਉਰਟੀ ਦੀ ਗੱਲ ਕਰ ਲਈਏ ਇੱਕ ਇੱਕ ਲੀਡਰ ਦੀ ਸਿਕਿਉਰਟੀ ਕਿੰਨੀ ਕਿੰਨੀ ਆ ਅਤੇ ਕਿੰਨਾ ਉਹਨਾਂ ਦਾ ਖਰਚਾ ਇਹ ਵੀ ਆਪਾਂ ਜ਼ਿਕਰ ਕਰਨਾ ਬਣਦਾ ਸੋ ਤੁਸੀਂ ਕੋਈ ਵੀ ਜ਼ਿਕਰ ਕਰ ਸਕਦੇ ਜਿਹੜੇ ਤੁਹਾਡੇ ਜ਼ਿਹਨ ਦੇ ਵੀ ਤੁਹਾਨੂੰ ਪਤਾ ਹੋਵੇ ਆਹ ਖਰਚੇ ਲੀਡਰਾਂ ਦੇ ਹੁੰਦੇ ਨੇ ਅਤੇ ਕਮਾਈ ਦਾ ਵੀ ਨਾਲ ਜ਼ਿਕਰ ਕਰ ਸਕਦੇ ਹਾਂ ਸੋ ਅੱਜ ਦਾ ਵਿਸ਼ਾ ਇਹ ਰਹੇਗਾ ਕਿ ਪੰਜਾਬ ਦੀ ਕੋਈ ਜੇ ਇਕੱਲੀ ਗੱਲ ਕਰੀਏ ਤਾਂ ਪੰਜਾਬ ਦੇ ਲੀਡਰਾਂ ਦਾ ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇ ਪੰਜਾਬ ਦੇ ਖਜ਼ਾਨੇ 'ਤੇ ਬੋਝ ਕਿੰਨਾ ਪੈਂਦਾ ਚਾਹੇ ਅਸੀਂ ਵਿਰੋਧੀ ਧਿਰ ਦੇ ਨੇਤਾ ਦੀ ਗੱਲ ਕਰ ਲਈਏ ਉਹਨੂੰ ਵੀ ਵਿਰੋਧੀ ਧਿਰ ਦੇ ਨੇਤਾ ਬਣਨ ਦੇ ਪੈਸੇ ਮਿਲਦੇ ਨੇ ਗਾਂ ਉਹਨੂੰ ਕਈ ਕੁਛ ਰੱਖਣ ਦੇ ਅੱਗੇ ਤਮਲਾ ਤਾਮਾਂ ਤਮਲਾ ਸਾਰਾ ਰੱਖਣ ਦੇ ਵੀ ਪੈਸੇ ਬਹੁਤ ਮਿਲਦੇ ਨੇ ਸੋ ਇਹ ਚੀਜ਼ਾਂ ਅੱਜ ਤੁਹਾਡੇ ਨਾਲ ਜ਼ਿਕਰ ਕਰਨਾ ਇੱਕ ਵੱਖਰਾ ਜਿਹਾ ਵਿਸ਼ਾ ਆਪਾਂ ਅੱਜ ਫੜਿਆ ਅਤੇ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਕਿ ਪੰਜਾਬ ਦੇ ਖਜ਼ਾਨੇ 'ਤੇ ਲੀਡਰਾਂ ਦਾ ਕਿਹੜਾ ਕਿਹੜਾ ਬੋਝ ਹੈਗਾ ਖਰਚੇ ਦਾ ਬੋਝ ਕਿਹੜਾ ਕਿਹੜਾ ਕਿਹੜੇ ਕਿਹੜੇ ਖਰਚੇ ਨੇ ਜਿਹੜੇ ਪੰਜਾਬ ਸਰਕਾਰ ਦੇ ਖਜ਼ਾਨੇ 'ਤੇ ਪੈਂਦੇ ਨੇ ਕਿਸੇ ਵੀ ਪਾਰਟੀ ਦਾ ਲੀਡਰ ਚਾਹੇ ਉਹ ਸਰਕਾਰ ਦੇ ਵਿੱਚ ਹੈ ਚਾਹੇ ਵਿਰੋਧੀ ਧਿਰ ਦੇ ਵਿੱਚ ਹੈ ਕੋਈ ਇਹਦੇ 'ਚ ਜਾਣਕਾਰੀ ਹੋਵੇ ਤਾਂ ਜ਼ਰੂਰ ਸਾਂਝੀ ਕਰੋ ਸਾਡੇ ਦਰਸ਼ਕਾਂ ਦੇ ਨਾਲ ਅਤੇ ਆਪਾਂ ਕਾਲਾਂ ਦਾ ਸਿਲਸਿਲਾ ਸ਼ੁਰੂ ਕਰ ਲੈਂਦੇ ਹਾਂ ਅਤੇ ਫਿਰ ਤਾਂ ਕਿ ਅੱਗੇ ਗੱਲ ਤੋਰੀ ਹੈ ਹੈਲੋ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ ਸਵਮਨਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜਗਤਾਰ ਸਿੰਘ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਜੇ ਪੱਤੇ ਨਾ ਮਿਲਦੇ ਹੋਣ ਸਾਰੇ ਬੈਨੀਫਿਟ ਨਾ ਮਿਲਦੇ ਹੋਣ ਚਿੜੀਆਂ ਬੁਲਾਉਣ ਆਸ ਵਿੱਚ ਇਹ ਮੇਰੇ ਖਿਆਲ ਜਿਹੜਾ ਹੁਣ ਪ੍ਰਧਾਨ ਹੈ ਉਹਦੇ ਵੱਖਰੇ ਭੱਤੇ ਨੇ ਜਿਹੜਾ ਇੱਕ ਆਮ ਐੱਮ ਐੱਲ ਏ ਜਾਂ ਐੱਮ ਪੀ ਹੈ ਉਹਦਾ ਸਾਰੀ ਜ਼ਿੰਦਗੀ ਵਾਸਤੇ ਇੱਕ ਤਾਂ ਮੈਡੀਕਲ ਫਰੀ ਹੈ ਹਾਂਜੀ ਹਾਂਜੀ ਪਰਿਵਾਰ ਦਾ ਮੈਡੀਕਲ ਫਰੀ ਹੈ ਫਿਰ ਉਹਨੂੰ ਟਰਾਂਸਪੋਰਟ ਦੇ ਖਰਚੇ ਕੋਈ ਫਿਕਸ ਨੇ ਜਿਹੜੇ ਸਾਰੀ ਜ਼ਿੰਦਗੀ ਉਹਨੂੰ ਮਿਲਣੇ ਨੇ ਜਿੰਦੇ ਨੂੰ ਜੀਂਦਾ ਹਾਂਜੀ ਹਾਂਜੀ ਅਤੇ ਕਿਹੜੇ ਕਿਹੜੇ ਤੁਹਾਡੇ ਹਿਸਾਬ ਨਾਲ ਹੈਗੇ ਜੀ ਜਿਹੜੇ ਪੰਜਾਬ ਸਰਕਾਰ 'ਤੇ ਜ਼ਿਆਦਾ ਬੋਝ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਬੋਝ ਨੇ ਇਹਨਾਂ ਲੀਡਰਾਂ ਦੀਆਂ ਹੁਣ ਤਾਂ ਇਹਨਾਂ ਦੇ ਚਲੋ ਤਨਖਾਹਾਂ ਥੋੜੀਆਂ ਬਹੁਤ ਵੱਧ ਗਈਆਂ ਪਹਿਲਾਂ ਤਾਂ ਮਾਸਟਰਾਂ 'ਚ ਜਿੰਨੀ ਤਨਖਾਹ ਹੁੰਦੀ ਸੀ ਪਰ ਜ਼ਮੀਨ ਜਿਹੜੀ ਆ ਉਹ 40 ਤੋਂ 4,000 ਏਕੜ ਹੋ ਜਾਂਦੀ ਹੈ ਅਤੇ ਘਰ ਘੁਰ ਵੀ ਵੱਡੇ ਫਾਰਮ ਹਾਊਸ ਬਣ ਜਾਂਦੇ ਸਾਰੇ ਬਣ ਜਾਂਦੇ ਆ ਅਤੇ ਹਾਲਾਂਕਿ ਉਹ ਹੁੰਦੇ ਇਹ ਹੈ ਕਿ ਇਹ ਜਿਹੜੇ ਇਮਾਨਦਾਰ ਲੀਡਰ ਨੇ ਉਹਨਾਂ ਦੇ ਵੀ ਬਣ ਜਾਂਦੇ ਇਹ ਨਹੀਂ ਗੱਲ ਸਮਝ ਆਈ ਤੇ ਇੱਕ ਜਿਹੜੇ ਲੀਡਰ ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇ ਚਾਹੇ ਉਹ ਸਰਕਾਰ 'ਚ ਨੇ ਚਾਹੇ ਵਿਰੋਧੀ ਧਿਰ 'ਚ ਨੇ ਇੱਕ ਇੱਕ ਲੀਡਰ ਜਿਹੜਾ ਰਹਿ ਚੁੱਕਿਆ ਜਾਂ ਹੈਗਾ ਵਾ ਉਹ ਕਈ ਕਈ ਪੈਨਸ਼ਨਾਂ ਲੈ ਰਿਹਾ ਉਹ ਕਿੰਨੀਆਂ ਕੁ ਜਾਇਜ਼ ਆ ਉਹ ਸਰਕਾਰ 'ਤੇ ਖਜ਼ਾਨੇ 'ਤੇ ਕਿੰਨਾ ਕੁ ਬੋਝ ਹੈ ਉਹ
ਚੱਲਦੇ ਆ ਇੰਨਾ ਪੈਸਾ ਉੱਥੇ ਆ ਜਿਹੜੇ ਬਾਕੀ ਜਿਹੜੇ ਕਿਸਾਨ ਕਸੂਨ ਆ ਹੋਰ ਪਾਸੇ ਆ ਉਹਨਾਂ ਦਾ ਵਿਚਾਰਾ ਬੁਰਾ ਹਾਲ ਆ ਉੱਥੇ ਇਹ ਕੰਮ ਹੋ ਗਿਆ ਵੀ ਜਿਹੜਾ ਬੰਦਾ ਲੀਡਰ ਜਾਂ ਹੋਰ ਉਹਨਾਂ ਦੇ ਘਰ ਭਰੇ ਪਏ ਆ ਤੇ ਜਿਹੜੀ ਆਮ ਜਨਤਾ ਆ ਉਹ ਫਿਰ ਤੁਸੀਂ ਵੀਰੇ ਮਾਹੌਲ ਹੋ ਸਕਦਾ ਜਾਂ ਕੋਈ ਆ ਜਾ ਚਾਹੇ ਹੁਣ ਸਿੱਧੂ ਸਾਹਿਬ ਪ੍ਰਧਾਨ ਬਣੇ ਨੇ ਕੱਲ ਨੂੰ ਮੁੱਖ ਮੰਤਰੀ ਬਣ ਜਾਣ ਤੇ ਫਿਰ ਪ੍ਰਧਾਨ ਮੰਤਰੀ ਬਣ ਜਾਣ ਕੇ ਠੀਕ ਹੋ ਸਕਦਾ ਠੀਕ ਤਾਂ ਹੋ ਸਕਦਾ ਉੱਥੇ ਦੀ ਜਿਹੜੀ ਹੈ ਨਾ ਆਪਣੀ ਪੋਲਿਟਿਕਸ ਆ ਜਿਹੜੇ ਉੱਥੇ ਦੇ ਬੰਦੇ ਆ ਕਰਪਟ ਉਹਨਾਂ ਨੂੰ ਠੀਕ ਕਰਨਾ ਪਰਮਾਤਮਾ ਦਾ ਹੀ ਆ ਜੇ ਕਿਤੇ ਉਹਨਾਂ ਦੀ ਕੋਈ ਪੈ ਜਾਵੇ ਮਨ ਸਮੱਸਿਆ ਉੱਦਾਂ ਨੀ ਮੇਰੇ ਹਿਸਾਬ ਨਾਲ ਮੈਂ ਤਾਂ 38 ਸਾਲ ਹੋ ਗਿਆ ਮੈਂ ਉੱਥੋਂ ਛੱਡੇ ਨੂੰ ਮੇਰੀ ਆ ਰਾਸ਼ਟਰਪਤੀ ਬਣ ਸਕਦੇ ਜਾਂ ਪ੍ਰਧਾਨ ਮੰਤਰੀ ਜਿੱਥੇ ਵੀ ਹੈਗੇ ਬਾਹਲੇ ਮੁਲਕਾਂ ਦੇ ਵਿੱਚ ਬਣ ਸਕਦੇ ਆ ਤੇ ਉਹ ਚੀਜ਼ਾਂ ਭਾਰਤ ਵਿੱਚ ਲਾਗੂ ਕਿਉਂ ਨਹੀਂ ਹੁੰਦੀਆਂ ਪੰਜਾਬ ਚ ਲਾਗੂ ਕਿਉਂ ਨਹੀਂ ਇਹੀ ਤਾਂ ਗੱਲ ਆ ਉੱਥੇ ਉੱਥੇ ਤਾਂ ਸਾਰੀ ਜ਼ਿੰਦਗੀ ਬਣੀ ਆ ਹਨਾ ਨਹੀਂ ਇਹਦਾ ਕਾਰਨ ਕੀ ਹੈ ਸੰਵਿਧਾਨ ਦੇ ਵਿੱਚ ਉਹਨਾਂ ਨੇ ਕੀਤੀ ਹੋਈ ਇੱਦਾਂ ਦੀ ਲਿਖਾ ਪੜ੍ਹੀ ਕੁਛ ਕੀ ਕੀਤਾ ਸੰਵਿਧਾਨ ਜੀ ਆਜ਼ਾਦੀ ਆ ਮੈਂ ਜੋ ਲੀਗਲ ਲਾ ਆਇਆ ਜੋ ਬ੍ਰਿਟਿਸ਼ ਦੇ ਆ ਜੋ ਉਹ ਵੀ ਆਪਣੇ ਬਾਹਰਲੇ ਮੁਲਕ ਵੀ ਇਹ ਗੌਰਮੈਂਟਾਂ ਬ੍ਰਿਟਿਸ਼ 'ਚ ਹੀ ਪੈਸੇ ਲਾ ਬਣਾ ਰਹੀ ਆ ਸਾਰਾ ਕੁਛ ਪਰ ਉਹ ਕੁਛ ਮੁਲਕ ਫੋਲੋ ਕਰਦੇ ਆ ਕੁਛ ਆਪਣੇ ਉੱਥੇ ਚੱਲੀ ਜਾਂਦੇ ਆ ਚਲੋ ਜੀ ਮਿਹਰਬਾਨੀ ਬਹੁਤ ਕਾਲ ਕਰਨ ਵਾਸਤੇ ਤੁਹਾਡਾ ਧੰਨਵਾਦ ਜੀ ਹਾਂਜੀ ਓਕੇ ਥੈਂਕ ਯੂ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਹੈਲੋ ਸਤਿ ਸ਼੍ਰੀ ਅਕਾਲ ਜੀ ਡਿੱਗੀ ਭਾਅ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਕੌਣ ਬੋਲਦੇ ਹਾਂਜੀ ਹਾਂਜੀ ਮੈਂ ਸੁਮਿੱਤਰ ਮਥਾਨ ਬੋਲਦੀ ਹਾਂ ਕਲੀਵਲੈਂਡ ਹਾਈਓ ਤੋਂ ਹਾਂਜੀ ਹਾਂਜੀ ਕੀ ਵਿਚਾਰ ਨੇ ਜੀ ਤੁਹਾਡੇ ਕਹਿਣਾ ਚਾਹੁੰਦੇ ਕੁਛ ਮੈਂ ਇਹ ਵਿਚਾਰ ਕਰਦੀ ਵੀ ਸੀ ਵੀ ਵੇਖੋ ਆਪਾਂ ਵੋਟਾਂ ਪਾਉਂਦੇ ਹਾਂ ਤੇ ਕੋਈ ਐਮਐਲ ਕੋਈ ਬਣਦਾ ਚੇਅਰਮੈਨ ਕੋਈ ਸਾਰਾ ਕੁਛ ਬਣਦੇ ਹੈ ਨਾ ਹਾਂਜੀ ਹਾਂਜੀ ਤੇ ਸਾਡੇ ਲੋਕੀ ਹੱਥ ਵੀ ਮਿਲਾਉਂਦੇ ਨੇ ਤੇ ਤਿੰਨ ਤਿੰਨ ਦਿਨ ਧੋਂਦੇ ਨਹੀਂ ਵੀ ਪਤਾ ਨਹੀਂ ਕੀ ਸਾਨੂੰ ਮਿਲ ਗਿਆ ਬਿਲਕੁਲ 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 ਜੀ ਅੱਛਾ ਮੈਂ ਇਹ ਪਹਿਲਾਂ ਕੀਤਾ ਸੀ ਭੈਣ ਜੀ ਵਿਸ਼ਾ ਕਿ ਲੋਕ ਜਿਹੜੇ ਨੇ ਉਹ ਆਪਣੇ ਵਿਆਹ ਸ਼ਾਦੀ ਈਵਨ ਡੈਥ ਦੇ ਭੋਗ ਜਿਹੜੇ ਨੇ ਉਹ ਵੀ ਲੀਡਰਾਂ ਹਿਸਾਬ ਰੱਖਦੇ ਵੀ ਜੇ ਤੁਸੀਂ ਜਿੱਦਣ ਤੁਸੀਂ ਵਹਿੰਦੇ ਅਸੀਂ ਉੱਦਾਂ ਰੱਖ ਲਾਂਗੇ ਹਾਂਜੀ 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 ਵੇਖੋ ਸਾਡੇ ਬਣਾਇਆ ਉਹ ਬਣੇ ਨੇ ਜੀ ਤੇ ਫਿਰ ਵੀ ਅਸੀਂ ਉਹਨਾਂ ਦੇ ਪੈਰਾਂ 'ਚ ਜਾ ਕੇ ਬਹਿੰਦੇ ਹਾਂ ਜੀ ਹਨਾ ਜੀ ਤੇ ਇਹ ਜਿਹੜਾ ਖਰਚਾ ਹੈਗਾ ਜੀ ਜਾਂ ਪੈਨਸ਼ਨਾਂ ਕਈ ਕਈ ਲੈ ਰਹੇ ਨੇ ਰਿਟਾਇਰ ਹੋਏ ਬਹੁਤ ਵੱਡਾ ਇੱਕ ਬੋਝ ਹੈਗਾ ਖਜ਼ਾਨੇ ਦੇ ਉੱਪਰ ਅਤੇ ਇਹ ਕੋਈ ਇਹਦੇ ਕੁਛ ਕੋਈ ਨਹੀਂ ਮੇਰੇ ਖਿਆਲ ਇਹਦੇ ਖਿਲਾਫ਼ ਬੋਲੇਗਾ ਜਦੋਂ ਤਨਖਾਹਾਂ ਵਧਾਉਣ ਦੀ ਗੱਲ ਹੁੰਦੀ ਉਦੋਂ ਸਾਰੀਆਂ ਪਾਰਟੀਆਂ ਰਲ ਜਾਂਦੀਆਂ ਵਿਰੋਧੀ ਪਾਰਟੀ ਵੀ ਕਹਿੰਦੀ ਹਾਂਜੀ ਹਾਂਜੀ ਠੀਕ ਹੈ ਜੀ ਪਿੱਛੇ ਤਨਖਾਹਾਂ ਵਧਾਈਆਂ ਸਾਰਿਆਂ ਨੇ ਹੱਥ ਖੜੇ ਕਰਕੇ ਟੇਬਲਾਂ ਥੱਪਤੀਆਂ ਵੈਰੀ ਗੁੱਡ ਬੁੱਢਿਆਂ ਨੂੰ ਤਾਂ 250 ਦਿੰਦੇ ਰਹਿੰਦੇ ਨੇ ਹਾਂ ਅਤੇ ਇਹਨਾਂ ਦੀਆਂ ਤਿੰਨ ਤਿੰਨ ਚਾਰ ਚਾਰ ਲੱਖ ਸਾਲ ਦੀਆਂ ਮਹੀਨੇ ਦੀਆਂ ਲੈਂਦੇ ਨੇ ਫਿਰ ਤਨਖਾਹਾਂ ਇਹਨਾਂ ਦੀਆਂ ਵੱਖਰੇ ਪੈਨਸ਼ਨਾਂ ਇਹਨਾਂ ਦੇ ਵੱਖਰੇ ਬੰਗਲੇ ਇਹਨਾਂ ਨੂੰ ਮਿਲਦੇ ਨੇ ਹਨਾ ਗਲੀਆਂ ਨਾਲੀਆਂ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਮਾਸੀ ਹੈਲੋ ਹਾਂਜੀ ਪੈਰੀ ਪਿੰਡ ਜੀ ਕੀ ਹਾਲ ਹੈ ਕੀ ਹਾਲ ਹੈ ਜੀ ਠੀਕ ਠਾਕ ਹੋ ਹਾਂਜੀ ਠੀਕ ਠਾਕ ਆ ਵਧੀਆ ਬੜੀਆਂ ਪਹਿਲਾਂ ਤਾਂ ਤੁਸੀਂ ਜਿਹੜੇ ਵੀਡੀਓ ਦਿਖਾਈਆਂ ਬਹੁਤ ਵਧੀਆ ਸੀ ਹੈ ਹਾਂਜੀ ਬੇੜਾ ਕਾਢੀਆਂ ਸਭ ਤੇ ਫਿਰ ਹੁਣ ਮੈਂ ਕਿਹਾ ਲੀਡਰਾਂ ਦੀ ਗੱਲ ਹੈ ਹਾਂਜੀ ਤੇ ਲੀਡਰਾਂ ਨਾਲ ਤਾਂ ਫਿਰ ਇਹਨਾਂ ਦੇ ਢਿੱਡ ਭਰਨੇ ਇਹਨਾਂ ਢਿੱਡ ਖਾਲੀ ਰਹਿਣ ਕਿੰਨਾ ਪੈਸਾ ਖਾ ਜਾ ਬਿਲਕੁਲ ਜੀ ਬਿਲਕੁਲ ਮੇਰੇ ਭਰਾ ਚੇਅਰਮੈਨ ਸੀ ਉਹਨੂੰ ਤਾਂ ਕੋਈ ਪੈਸਾ ਨੀ ਮਿਲਿਆ ਸਰਪੰਚ ਜੀ ਉਹਨਾਂ ਨੂੰ ਕੋਈ ਪੈਸਾ ਨਹੀਂ ਨਾ ਹੀ ਖਾਧਾ ਉਹਨਾਂ ਨੇ ਨਹੀਂ ਜੇ ਤਾਂ ਕਿਸੇ ਪਾਰਟੀ ਦੇ ਨਾਲ ਹੈਗੇ ਆ ਫੇਰ ਤਾਂ ਹੁਣ ਹੋਣੇ ਸੀ ਜੇ ਉਹਦਾ ਪੜ੍ਹ ਲਿਖ ਕੇ ਬਣੇ ਪੜ੍ਹ ਉਹਨਾਂ ਨੂੰ ਨਹੀਂ ਮਿਲਦੇ ਪੜ੍ਹ ਲਿਖ ਕੇ ਵਾਲੇ ਹਾਂਜੀ ਕਈ ਇਮਾਨਦਾਰ ਵੀ ਹੈਗੇ ਆ ਤੇ ਜਦੋਂ ਮੇਰੀ ਧੀ ਨੇ ਨਾ ਬੀਐਡ ਕਰੀ ਸੀ ਐਮਏ ਬੀਐਡ ਕੀਤੀ ਤੇ ਜਿਹੜੀ ਬਾਦਲ ਦੇ ਘਰ ਆਈ ਜਿਹੜਾ ਸੰਨਲ ਕਹਿੰਦੀ 60,000 ਦੇ ਉਹਦੀ ਦਿੱਤਾ ਨਾ ਹੈ ਤੇ ਫੇਰ ਦੂਜੇ ਉਦੋਂ ਫਿਰ ਕਾਂਗਰਸ ਦੀ ਸਰਕਾਰ ਆ ਗਈ ਕਿ ਫਿਰ ਉਹਨਾਂ ਨੇ ਕਰਤਾ ਸੀ ਦੇਖੋ ਬਈ ਅੱਛਾ ਉਹਨਾਂ ਨੇ ਘੱਟ ਚ ਕਰਤਾ ਸੀ ਕਿ ਫ੍ਰੀ ਚ ਕਰਤਾ ਸੀ ਹਾਂਜੀ ਬਹੁਤ ਸੋਹਣਾ ਤੁਸੀਂ ਵਿਸ਼ਾ ਲਿਆਉਂਦੇ ਆ ਹੱਸਣ ਵਾਲਾ ਵੀ ਲਿਆਉਂਦੇ ਆ ਤੇ ਦੂਜਾ ਆਪਣਾ ਹੋਰ ਵੀ ਲਿਆਉਂਦੇ ਬਹੁਤ ਜੱਗੀ ਸਾਹਿਬ ਬਹੁਤ ਵਧੀਆ ਅੱਛਾ ਵਾਕੇ ਤੁਹਾਨੂੰ ਜੀ ਦਾ ਖਾਲਸਾ ਵਾਹਿਗੁਰੂ ਬਹੁਤ ਮਿਹਰਬਾਨੀ ਜੀ ਬਹੁਤ ਵਧੀਆ ਵਿਸ਼ੇ ਸਾਡੇ ਦਰਸ਼ਕਾਂ ਵੱਲੋਂ ਹੀ ਸਾਨੂੰ ਬੜੇ ਮਿਲਦੇ ਨੇ ਅਸਲ ਦੇ ਵਿੱਚ ਸਾਨੂੰ ਫੋਨ ਕਰਕੇ ਹੀ ਬਹੁਤ ਸਾਰੇ ਦਰਸ਼ਕ ਕਹਿੰਦੇ ਨੇ ਵਿਸ਼ੇ ਰੱਖੋ
ਕਾਫੀ ਫੋਨ ਆਉਂਦੇ ਨੇ ਅਲੱਗ ਅਲੱਗ ਵਿਸ਼ੇ, ਫਿਰ ਉਹਨਾਂ 'ਚੋਂ ਕਈ ਅਸੀਂ ਜਿਹੜੇ ਲੱਗਦਾ ਵੀ ਇਹ ਰੱਖਣੇ ਜ਼ਰੂਰੀ 'ਚ ਉਹ ਅਸੀਂ ਰੱਖ ਵੀ ਲਈਦੇ ਆ। ਤੁਸੀਂ ਵੀ ਕੋਈ ਜਿੱਦਾਂ ਕੋਈ ਵਿਸ਼ਾ, ਸਾਡੇ ਬਹੁਤ ਸਾਰੇ ਲੇਡੀਜ਼ ਵੱਲੋਂ ਬੜੇ ਵਿਸ਼ੇ ਆਉਂਦੇ ਨੇ ਵੀ ਆਹ ਗੱਲਾਂ ਹੈਗੀਆਂ, ਪ੍ਰੋਬਲਮਾਂ ਹੈਗੀਆਂ, ਤਾਂ ਅਸੀਂ ਫਿਰ ਸਾਂਝੇ ਕਰਦੇ ਰਹੀਦਾ। ਤੋ ਸੋ ਅੱਜ ਦਾ ਵਿਸ਼ਾ ਜਿਹੜਾ ਹੈਗਾ ਇਹ ਸਰਕਾਰੀ ਖਜ਼ਾਨੇ ਦੇ ਪੰਜਾਬ ਦੇ ਲੀਡਰਾਂ ਦਾ ਬੋਝ, ਚਾਹੇ ਵਿਰੋਧੀ ਪਾਰਟੀ ਦੇ ਨੇ ਚਾਹੇ ਉਹ, ਅਤੇ ਪੈਨਸ਼ਨਾਂ ਜਿਹੜੀਆਂ ਕਈ ਕਈ ਇੱਕ ਇੱਕ ਲੀਡਰ ਲੈਂਦੇ ਨੇ, ਉਹ ਕੋਈ ਕੌਣ ਆਵਾਜ਼ ਚੱਕ ਸਕਦਾ ਉਹਨਾਂ ਦੇ ਖਿਲਾਫ਼, ਜਾਂ ਕੌਣ ਗੱਲ ਕਰ ਸਕਦਾ, ਕਿਹੜਾ ਲੀਡਰ ਗੱਲ ਕਰ ਸਕਦਾ, ਜਾਂ ਪਬਲਿਕ ਗੱਲ ਕਰ ਸਕਦੀ ਆ, ਉਹ ਜ਼ਰੂਰ ਤੁਸੀਂ ਸਾਨੂੰ ਦੱਸੋ। ਫਿਲਹਾਲ ਇੱਕ ਬ੍ਰੇਕ ਲਈਏ, ਬ੍ਰੇਕ ਤੋਂ ਬਾਅਦ ਫਿਰ ਇਸ ਤਰ੍ਹਾਂ ਕਾਲਾਂ ਸਿਲਸਿਲਾ ਜਾਰੀ ਰੱਖਾਂਗੇ, ਦੇਖਦੇ ਰਹੋ। ਜਸਪ੍ਰੀਤ ਹਾਜ਼ਰ ਹੈ ਜੀ ਬ੍ਰੇਕ ਤੋਂ ਬਾਅਦ। ਇੱਕ ਵਾਰ ਫਿਰ ਤਾਂ ਕਾਲਾਂ ਸਿਲਸਿਲਾ ਸ਼ੁਰੂ ਕਰਤਾ ਸੀਗਾ ਅਤੇ ਉਹਨੂੰ ਅੱਗੇ ਤੋਰਦੇ ਹਾਂ, ਅਤੇ ਗੱਲ ਜਿਹੜੀ ਮੁੱਕਦੀ ਇਹੀ ਚੱਲਦੀ ਆ ਕੀ ਵਿਚਾਰ ਨੇ ਤੁਹਾਡੇ ਕਿ ਜਿਹੜੇ ਪੰਜਾਬ ਦੇ ਵਿੱਚ ਲੀਡਰ ਕਿਸੇ ਵੀ ਪਾਰਟੀ ਦੇ ਹੈਗੇ ਨੇ, ਉਹਨਾਂ ਦੇ ਬਹੁਤ ਸਾਰੇ ਵੱਡੇ ਬੋਝ ਜਿਹੜੇ ਹੈਗੇ ਨੇ ਉਹ ਸਰਕਾਰ ਦੇ ਉੱਪਰ ਪਏ ਹੋਏ ਨੇ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਇਹ ਆਪਾਂ ਤੁਹਾਡੀਆਂ ਕਾਲਾਂ ਸਿਲਸਿਲਾ ਅੱਗੇ ਤੋਰਦੇ ਹਾਂ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਸਰਦਾਰ ਗੁਰਮੇਲ ਸਿੰਘ ਜੀ ਧੀਰ ਸਾਹਿਬ। ਹਾਂਜੀ ਸਰਦਾਰ ਜਗਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਭੈਣਾਂ ਭਰਾਵਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਜੀ ਜੀ। ਅੱਛਾ, ਪਹਿਲਾਂ ਤਾਂ ਮੈਂ ਕੈਨੇਡਾ ਦੀ ਗੱਲ ਕਰਨੀ ਚਾਹੁੰਦਾ, ਸਾਡੇ ਕੈਨੇਡਾ ਦਾ ਸਿਸਟਮ ਕੀ ਹੈ? ਜੀ ਜ਼ਰੂਰ। ਇੱਥੇ ਵੀ ਦੇਖੋ, ਤੁਹਾਡੇ ਦਾ ਪ੍ਰੈਜੀਡੈਂਟ ਆ ਸਾਡੇ ਪ੍ਰਧਾਨ ਮੰਤਰੀ ਹਾਂਜੀ। ਸਾਡੇ ਪ੍ਰਧਾਨ ਮੰਤਰੀ ਚਾਹੇ ਜਿੰਨਾ ਚਿਰ ਮਰਜ਼ੀ ਪ੍ਰਾਈਮ ਮਿਨਿਸਟਰ ਰਹੇ। ਅੱਛਾ ਜੀ। ਕਿਉਂਕਿ ਹੁਣ ਇਸ ਪ੍ਰਾਈਮ ਮਿਨਿਸਟਰ ਦੀ ਵੀ ਦੂਜੀ ਟਰਮ ਆ। ਹਾਂਜੀ। ਚਾਹੇ 10 ਸਾਲ ਰਹੇ ਚਾਹੇ 15 ਸਾਲ ਰਹੇ, ਉਹਨੂੰ ਪੈਨਸ਼ਨ ਇੱਕੋ ਹੀ ਮਿਲਦੀ ਆ। ਅੱਛਾ। ਨਹੀਂ, ਇੱਕ ਮੈਂ ਥੋੜ੍ਹੀ ਜਿਹੀ ਗੱਲ ਇੱਥੇ ਥੋੜ੍ਹੀ ਜਿਹੀ ਕਲੀਅਰ ਕਰ ਦਈਏ ਸਾਡੇ ਦਰਸ਼ਕਾਂ ਵਾਸਤੇ। ਜਿਵੇਂ ਅਮਰੀਕਾ ਦੀ ਅਸੀਂ ਗੱਲ ਕਰਦੇ, ਇੱਕ ਬੰਦਾ ਦੋ ਟਰਮਾਂ ਹੀ ਰਹਿ ਸਕਦਾ ਪ੍ਰੈਜੀਡੈਂਟ, ਉਦੋਂ ਬਾਅਦ ਹੁਕਮਤ। ਅਤੇ ਮੈਂ ਕੈਨੇਡਾ ਵਿੱਚ ਵੀ ਇੱਦਾਂ ਹੀ ਆ ਵੀ ਕੋਈ ਪ੍ਰਧਾਨ ਮੰਤਰੀ ਦੋ ਟਰਮਾਂ ਹੀ ਰਹਿ ਸਕਦਾ, ਉਦੋਂ ਬਾਅਦ ਕੋਈ ਹੋਰ ਬਣਾਉਣਾ ਪਊ? ਨਹੀਂ, ਦੋ ਟਰਮ ਤੋਂ ਵੱਧ ਪ੍ਰੈਜੀਡੈਂਟ ਨਹੀਂ ਰਹਿ ਸਕਦਾ ਜੀ। ਲੇਕਿਨ ਕੈਨੇਡਾ ਦੇ ਵਿੱਚ ਚਾਹੇ ਤੁਸੀਂ 10 ਸਾਲ ਰਹੋ ਚਾਹੇ 15 ਸਾਲ ਰਹੋ, ਕਿਉਂਕਿ ਜਸਟਿਨ ਟਰੂਡੋ ਦਾ ਫਾਦਰ ਪਿਨੇ ਟਰੂਡੋ ਉਹ 16 ਸਾਲ ਪ੍ਰਾਈਮ ਮਿਨਿਸਟਰ ਰਿਹਾ ਸੀ ਪ੍ਰਧਾਨ ਮੰਤਰੀ। ਹਾਂਜੀ, 4-5 ਟਰਮ ਰਿਹਾ ਸੀ। ਮਾੜਾ ਹੋਲਡ ਰੱਖੋ, ਮਾੜਾ ਹੋਲਡ ਰੱਖੋ। ਹਾਂਜੀ ਕੰਟੀਨਿਊ ਜੀ ਧੀਰ ਸਾਹਿਬ। ਹਾਂਜੀ ਹਾਂਜੀ, ਪੈਨਸ਼ਨ ਇੱਕੋ ਹੀ ਮਿਲਣੀ ਆ, ਪੈਨਸ਼ਨ ਇੱਕੋ ਹੀ ਮਿਲਣੀ ਆ ਆਪਣੇ ਮੇਰੇ ਖਿਆਲ ਸ਼ਾਇਦ ਨਹੀਂ ਮਿਲਣੀ। ਹਾਂਜੀ, ਜੇ ਹੁਣ ਤੁਸੀਂ ਦੇਖੋ ਕਈ ਸਾਡੇ ਅੰਟਾਰੀਓ ਜਿਹੜਾ ਸੂਬਾ, ਇਹਦੇ ਮੈਂਬਰ ਪਾਰਲੀਮੈਂਟ ਨੇ ਜਿਹੜੇ ਉਹ ਪਹਿਲਾਂ ਮੈਂਬਰ ਪਾਰਲੀਮੈਂਟ ਅੰਟੇਰੀ ਚਲਦੇ ਆ, ਫਿਰ ਉਹ ਆਟਵਾ ਚਲੇ ਜਾਂਦੇ ਆ ਕੈਨੇਡਾ ਦੀ ਗੌਰਮੈਂਟ 'ਚ ਜੀ। ਲੇਕਿਨ ਪੈਨਸ਼ਨ ਉਹਨਾਂ ਨੂੰ ਇੱਕੋ ਹੀ ਮਿਲਣੀ, ਇੱਕੋ ਹੀ ਮਿਲਣੀ ਆ। ਅੱਛਾ ਜੀ। ਹਾਂਜੀ, ਫਿਰ ਦੂਜਾ ਅਸੂਲ ਇਹ ਆ ਕਿ ਸਾਡੇ ਇੱਥੇ 4 ਸਾਲ ਬਾਅਦ, ਜਿਵੇਂ USA 'ਚ ਵੀ 4 ਸਾਲ ਬਾਅਦ ਇਲੈਕਸ਼ਨ ਹੁੰਦੇ ਆ, ਜੇ ਕੋਈ ਮੈਂਬਰ ਪਾਰਲੀਮੈਂਟ 4 ਸਾਲ ਇਲੈਕਟ ਹੁੰਦਾ ਚੁਣਿਆ ਜਾਂਦਾ, ਉਸ ਤੋਂ ਬਾਅਦ ਹਾਰ ਜਾਂਦਾ, ਉਹਨੂੰ ਕੋਈ ਪੈਨਸ਼ਨ ਨਹੀਂ ਮਿਲਦੀ। ਅੱਛਾ ਜੀ। ਉਹਦੇ ਵਾਸਤੇ 6 ਸਾਲ ਲਾਜ਼ਮੀ ਹੋਣੇ ਚਾਹੀਦੇ ਆ ਮੈਂਬਰ ਪਾਰਲੀਮੈਂਟ ਹੋਣ ਵਾਸਤੇ। ਵਾਹ ਜੀ ਵਾਹ। ਆਪਣੇ ਤਾਂ ਅਲੱਗ ਅਲੱਗ ਕਈ ਕਈ ਪੈਨਸ਼ਨਾਂ ਲਈ ਜਾਂਦੇ ਨੇ ਇੱਕ ਇੱਕ ਲੀਡਰ। ਤਾਂ ਹੀ ਤਾਂ ਉਹ ਸੂਬੇ ਇੰਡੀਆ ਤਰੱਕੀ ਉੱਠਦਾ ਨਹੀਂ ਗਾ ਇੰਡੀਆ। ਵਾਹ ਜੀ ਵਾਹ, ਬਹੁਤ ਵਧੀਆ ਜਾਣਕਾਰੀ। ਖੂਨ ਪੀਂਦੇ ਨੇ ਲੋਕਾਂ ਦਾ, ਇੱਥੇ ਦੇਖੋ ਕਿੰਨੀ ਸੇਵਿੰਗ ਹੁੰਦੀ ਆ। ਬਿਲਕੁਲ। ਉੱਥੇ ਇੰਡੀਆ ਦੇ ਵਿੱਚ ਇੱਕ ਮਿਨਿਸਟਰ ਹੁੰਦਾ, ਨਾਲ ਉਹਦੇ 15 ਕਾਰਾਂ ਹੁੰਦੀਆਂ ਨੇ ਫਾਲਤੂ। ਬਿਲਕੁਲ। ਸਾਡੇ ਤਾਂ ਇੱਥੇ ਜਿਹੜੇ ਕੈਨੇਡਾ ਵਿੱਚ ਮਿਨਿਸਟਰ ਨਾ, ਉਹ ਜਦੋਂ ਕੋਈ ਮੰਤਰੀ ਆਉਂਦਾ ਸਾਨੂੰ ਇਹ ਨਹੀਂ ਪਤਾ ਸਾਡੇ ਕੋਲ ਦੀ ਮੰਤਰੀ ਨਿਕਲ। ਹਾਂਜੀ ਹਾਂਜੀ, ਇਕੱਲੇ ਇੱਥੇ ਅਮਰੀਕਾ ਵੀ ਇਹੀ ਸਿਸਟਮ ਹੈ। ਅਸੀਂ ਬੜੇ ਹੈਰਾਨ ਹੁੰਦੇ ਸੀ ਜਦੋਂ ਅਸੀਂ ਕੈਨੇਡਾ ਪਹਿਲਾਂ ਪ੍ਰੋਗਰਾਮ ਕਰਨ ਆਏ ਹਾਂ, ਅਤੇ ਉਹ ਗੁਰਬਖਸ਼ ਮੱਲੀ ਤੁਹਾਡੇ ਹੁੰਦੇ ਸੀ ਇੱਥੇ MP ਦੇ, ਉਹ ਤਾਂ ਦੇਈ ਤੁਰੇ ਫਿਰਨ, ਲਾਈਨ 'ਚ ਲੱਗੇ ਹੋਏ, ਮੌਲ ਦੀ ਲਾਈਨ 'ਚ ਲੱਗੇ ਹੋਏ ਸੀਗੇ ਮੌਲ ਦੇ ਵਿੱਚ। ਉਹ ਇੱਥੇ ਸਾਡੇ ਸੁਖਿੰਦਰ ਸਿੰਘ ਮਲੂਕਾ ਆਉਂਦਾ ਹੁੰਦਾ ਸੀ, ਅਕਾਲੀਆਂ ਦਾ ਮੰਤਰੀ। ਇੱਕ ਵਾਰੀ ਇੱਥੇ ਕੋਈ ਗੇਮਾਂ ਹੋ ਰਹੀਆਂ ਸੀ ਗਰਮੀਆਂ ਦੇ ਟਾਈਮ ਦੇ ਵਿੱਚ, ਤੇ ਸਾਡੇ ਇੱਥੇ ਅੰਟੇਰੀਓ ਦੇ ਮਿਨਿਸਟਰ ਨੇ ਆਉਣਾ ਸੀ ਉੱਥੇ ਜੀ, ਤੇ ਸੁਖਿੰਦਰ ਸਿੰਘ ਮਲੂਕਾ ਵੀ ਉੱਥੇ ਬੈਠਾ ਸੀ ਕੁਰਸੀਆਂ ਤੇ, ਤੇ ਉਹ ਆਪਣੇ ਬੰਦਿਆਂ ਨੂੰ ਕਹਿਣਾ ਵੀ ਤੁਹਾਡਾ ਅਜੇ ਮੰਤਰੀ ਆਇਆ ਹੀ ਨਹੀਂ, ਤੇ ਸਾਡੇ ਮੰਤਰੀ ਸਾਡੇ ਬੰਦੇ ਕਹਿੰਦੇ ਉਹ ਸਾਹਮਣੇ ਤੁਰਿਆ ਆਉਂਦਾ, ਕਹਿੰਦੇ ਉਹਦੇ ਨਾਲ ਤਾਂ ਕੋਈ ਵੀ ਨਹੀਂ, ਇਕੱਲੇ ਤੁਰਿਆ ਆਉਂਦਾ ਆਪਣਾ ਬ੍ਰੀਫ ਕੇਸ ਜਾਂ ਚੁੱਕੀ। ਉਹ ਕਹਿੰਦੇ ਵੀ ਸਾਡੇ ਏਦਾਂ ਹੀ ਆਉਂਦੇ ਨੇ, ਆਪੇ ਗੱਡੀ ਪਾਰ ਕਰਕੇ ਆਪੇ ਹੀ ਆਇਆ, ਤੁਹਾਡੇ ਬੋਲ ਕੇ ਜਾਂ ਕਿਸੇ ਨੂੰ ਜੇ
ਕੋਈ ਇਨਾਮ ਵਗੈਰਾ ਦੇਣਾ ਚਲੇ ਜਾਣਾ ਜੀ। ਵਾਹ ਜੀ ਵਾਹ, ਉਹ ਬੜਾ ਹੈਰਾਨ ਹੋਇਆ ਕਾਹਦੀ ਇੱਜ਼ਤ ਹੋਈ। ਉਹਨੇ ਗੱਲ ਆਖੀ ਕਾਹਦੀ ਇੱਜ਼ਤ, ਨਹੀਂ ਕਹਿੰਦੇ ਇੱਥੇ ਇੱਜ਼ਤ ਦੀ ਗੱਲ ਹੀ ਹੈਗੀ ਤੇ ਸੇਵਾ ਦੀ ਭਾਵਨਾ। ਹਾਂਜੀ ਬਹੁਤ ਵਧੀਆ। ਹੁਣ ਮੈਂ ਇੰਡੀਆ ਦੀ ਗੱਲ ਕਰਨਾ, ਦੇਖੋ ਉੱਥੇ ਤਾਂ ਜਿੰਨੀ ਵਾਰੀ ਵਾਧਾ ਹੋਣੀ ਹੈ ਪੈਨਸ਼ਨ, ਪ੍ਰਕਾਸ਼ ਸਿੰਘ ਬਾਦਲ 9 ਪੈਨਸ਼ਨਾਂ ਲੈਂਦਾ, ਹਾਂਜੀ 4-5 ਤਾਂ ਸੁਖਬੀਰ ਬਾਦਲ ਲੈਂਦਾ, ਹਾਂਜੀ ਫਿਰ ਉਹਦੀ ਪਤਨੀ ਵੀ 3-4 ਲੈਂਦੀ ਆ, ਬਾਕੀ ਉਹਦੇ ਰਿਸ਼ਤੇਦਾਰ ਉਹਦਾ ਸਾਲਾ ਬਿਕਰਮਜੀਤ ਸਿੰਘ ਮਜੀਠੀਆ ਉਹ ਵੀ ਕਈ ਪੈਨਸ਼ਨਾਂ ਲੈਂਦਾ। ਇਹ ਦੇਖੋ ਜੀ, ਇਹ ਤਾਂ ਛੋਟੇ ਛੋਟੇ ਜਿਹੜੇ ਨੇ ਉਹ 5-5, 4-4 ਲੱਖ ਦੀਆਂ ਮਹੀਨੇ ਦੀਆਂ ਪੈਨਸ਼ਨ ਲਈ ਜਾਂਦੇ, ਵੱਡੇ ਲੋਕ ਤਾਂ ਕਿੰਨੀਆਂ ਲੈਂਦੇ ਹੋਣਗੇ। ਫਿਰ ਜਿਹੜੇ ਉਹਨਾਂ ਦੇ ਨੌਕਰ ਨੇ ਉਹਨਾਂ ਦੇ ਪੈਸੇ ਵੀ ਲੋਕਾਂ ਦੇ ਸਿਰ ਤੋਂ ਤਨਖਾਹਾਂ ਆ ਜਾਂਦੀਆਂ ਨੇ। ਹਾਂਜੀ ਹਾਂਜੀ, ਮਾਲੀ ਘਰੋਂ ਸਭ ਸਰਕਾਰੀ, ਪੁਲਿਸ ਵਾਲੇ ਕੰਮ ਸਰਕਾਰੀ, ਸਾਰੇ ਲੁੱਟਾਂ ਮਚਾਈਆਂ ਪਈਆਂ ਨੇ ਉਹ ਸਾਡੇ, ਤੁਸੀਂ ਜਾਣਦੇ ਹੋ ਨਾ ਆਪਣੇ ਜਿਹੜੇ ਆਪਣੇ ਮਹਾਨ ਲੇਖਕ ਸਰਦਾਰ ਗੁਰਬਚਨ ਸਿੰਘ ਭੁੱਲਰ, ਹਾਂਜੀ ਉਹ ਇੱਥੇ ਕੁਲਦੀਪ ਦੀਪ ਦੇ ਰੇਡੀਓ ਪ੍ਰੋਗਰਾਮ ਤੇ ਪੰਜਾਬ ਦੀ ਗੂੰਜ ਵਿੱਚ ਇੱਕ ਵਾਰੀ ਬੋਲਦੇ ਸੀ, ਉਹ ਕਹਿੰਦੇ ਨਾਲੇ ਹੱਸ ਪਏ, ਕਹਿੰਦੇ ਵੀ ਦੇਖੋ ਜੇ ਅੱਜ ਕੱਲ ਦੇ ਪੁਰਾਣੇ ਬਾਦਸ਼ਾਹ ਆਉਣ ਨਾ ਉਹ ਕਹਿਣ ਅਸੀਂ ਤਾਂ ਕਮਰੇ ਹੀ ਨਿਕਲੇ, ਇਹ ਤਾਂ ਐਸ਼ਾ ਐਸ਼ਾ ਤਾਂ ਇਹ ਕਰਦੇ ਨੇ, ਅਸੀਂ ਕਾਹਦੀ ਐਸ਼ਾ ਕੀਤੀ ਬਾਦਸ਼ਾਹ ਵੀ ਆਉਣ ਪੁਰਾਣੇ। ਬਿਲਕੁਲ ਜੀ, ਇਹ ਤਾਂ ਬਾਦਸ਼ਾਹ ਨੂੰ ਵੀ ਜ਼ਿਆਦਾ ਦੇਖੋ, ਹੁਣ ਜਦੋਂ ਕਿ ਇਹਨਾਂ ਦੇ ਵਿਆਹ ਸ਼ਾਦੀਆਂ ਆਉਂਦੀਆਂ ਨੇ ਉਹ ਰਾਜਿਆਂ ਦੀਆਂ ਸ਼ਾਦੀਆਂ ਕੀ ਸੀ, ਜਿਹੜੀਆਂ ਸ਼ਾਦੀਆਂ ਇਹਨਾਂ ਦੀ ਆਉਂਦੀਆਂ ਨੇ। ਬਿਲਕੁਲ ਜੀ ਬਿਲਕੁਲ ਬਿਲਕੁਲ, 600-700 ਕਰੋੜ ਉਹ ਖਰਚਾ ਵੀ ਸਾਡੇ ਸਹੀ, ਹਾਂ 600-700 ਕਰੋੜ ਜਿਹੜਾ ਲੱਗਦਾ ਹੈ। ਚਲੋ ਮਿਹਰਬਾਨੀ ਜੀ, ਸਭ ਤੁਹਾਡਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਹਦਾ ਹੱਲ ਇੱਕ ਇਹ ਹੋ ਸਕਦਾ ਜੀ ਕਿ ਜਦੋਂ ਕੋਈ ਵੀ ਇਲੈਕਸ਼ਨ ਆਉਣ ਲੋਕ ਪੁੱਛਣ ਕਿ ਤੁਸੀਂ ਇੰਨੀਆਂ ਪੈਨਸ਼ਨਾਂ ਕਿਉਂ ਲੈਂਦੇ ਹੋ, ਤੁਹਾਨੂੰ ਇੱਕ ਪੈਨਸ਼ਨ ਕਿਉਂ ਨਹੀਂ ਲੱਗਦੀ। ਬਿਲਕੁਲ ਜੀ ਬਿਲਕੁਲ ਬਿਲਕੁਲ, ਹਾਂਜੀ ਤੇ ਲੋਕ ਇਹ ਪੁੱਛਣ ਵੀ ਤੁਹਾਡੇ ਜਿਹੜੇ ਆ ਡਾਕਟਰੀ ਖਾਤੇ ਨੇ ਇਹ ਤੁਹਾਡੇ ਫ੍ਰੀ ਕਿਉਂ ਨੇ, ਸਾਡੇ ਕਿਉਂ ਨਹੀਂ ਫ੍ਰੀ, ਸਾਡੇ ਵੀ ਕਰੋ ਐਂਡ ਤੱਕ ਫ੍ਰੀ ਦੇ ਡੈਥ ਤੱਕ, ਜਿੰਨਾ ਚਿਰ ਉਹ ਇਹ ਲੋਕ ਵਾਅਦਾ ਲੈਣ, ਇੱਕ ਵਾਰੀ ਵਾਅਦਾ ਨਹੀਂ ਪੂਰਾ ਕਰਦੇ ਅਗਲੇ ਇਲੈਕਸ਼ਨ ਪੈਣ ਤਾਂ ਇਹ ਤਬਦੀਲੀ ਆਉ, ਲੋਕਾਂ ਨੂੰ ਉੱਠਣਾ ਪੈਣਾ। ਮਿਹਰਬਾਨੀ ਜੀ ਬਹੁਤ, ਤੁਹਾਡਾ ਧੰਨਵਾਦ, ਬਹੁਤ ਧੰਨਵਾਦ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਬਾਜਵਾ ਸਾਹਿਬ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਡਾਕਟਰ ਸਾਹਿਬ ਠੀਕ ਠਾਕ ਜੀ? ਹਾਂਜੀ ਹਾਂ ਬਿਲਕੁਲ। ਹਾਂਜੀ ਕੀ ਵਿਚਾਰ ਨੇ ਜੀ? ਇਹ ਕਾਫੀ ਬਹੁਤ ਵੱਡੇ ਖਰਚੇ ਨੇ ਜਿਹੜੇ ਕਿਸੇ ਗਿਣਤੀ 'ਚ ਨਹੀਂ ਹੈਗੇ ਜੀ ਪੰਜਾਬ ਦੇ ਲੀਡਰਾਂ ਦੇ। ਬਹੁਤ ਜ਼ਿਆਦਾ, ਬਹੁਤ ਤੁਸੀਂ ਬਹੁਤ ਚੰਗਾ ਅੱਜ ਵਿਸ਼ਾ ਲਿਆਂਦਾ ਜੀ, ਔਰ ਇਹ ਸਮਾਜ ਨੂੰ ਇੱਥੇ ਥੋੜ੍ਹਾ ਜਿਹਾ ਧਿਆਨ ਦੇਣ ਦੀ ਲੋੜ ਹੈ ਜੀ। ਮਤਲਬ 9-9 ਪੈਨਸ਼ਨਾਂ ਬਾਜਵਾ ਸਾਹਿਬ ਮੈਂ ਨਾ ਰੱਖ ਲਈਆਂ, 5-5-6-6। ਦੇਖੋ ਜਿਹੜੀ ਪੈਨਸ਼ਨ ਲੱਗਣੀ, ਤਨਖਾਹ ਮਿਲਣੀ, ਇਹ ਤੇ ਹੈ ਠੀਕ ਜੀ। ਦੇਖੋ ਹੁਣ ਆਪਾਂ ਟੀਚਰ ਲੱਗਦੇ ਹਾਂ, ਦੂਜੇ ਲੱਗਦੇ ਹਾਂ, ਚਲੋ ਸਾਡੀ ਇੱਕ ਰਿਕੁਆਇਰਮੈਂਟ ਹੈ ਵੀ ਤੁਸੀਂ ਇੰਨਾ ਕੁ ਚਿਰ ਨੌਕਰੀ 'ਚ ਰਹੋ, ਚਲੋ ਇਹਨਾਂ 'ਤੇ ਉਹ ਕੰਡੀਸ਼ਨ ਹਟਾ ਦੇਣੀ ਚਾਹੀਦੀ ਹੈ ਵੀ 20-30 ਸਾਲ ਤਾਂ ਇਹ ਕੋਈ ਰਹਿ ਨਹੀਂ ਸਕਦੇ ਜੀ। ਬਾਕੀ ਹੁਣ ਜਿਹੜਾ ਇੱਕ ਟਰਮ ਬਣ ਜਾਂਦਾ 5 ਸਾਲ ਹੋ ਗਏ ਠੀਕ ਹੈ, ਪਤਾ ਨਹੀਂ ਦੁਬਾਰਾ ਬਣੇਗਾ ਕਿ ਨਹੀਂ ਬਣੇਗਾ ਜੀ, ਉਹਨੂੰ ਇੱਕ ਪੈਨਸ਼ਨ ਦੇ ਦਿਓ ਜੀ, ਠੀਕ ਹੈ, ਉਹ ਉਹਨੂੰ ਜ਼ਿੰਦਗੀ ਮਿਲਦੀ ਰਹੇ। ਹੁਣ ਫਰਜ਼ ਕਰੋ ਉਹ ਸੈਕਿੰਡ ਵਾਰੀ ਜਿੱਤ ਜਾਂਦਾ ਜੀ, ਦੇਖੋ ਜਿੱਤਣ ਦੇ ਨਾਲ ਕੰਮ ਕਰਨ ਦੇ ਨਾਲ ਤਨਖਾਹ ਹੈ ਜੀ, ਇਹ ਬੰਦਾ ਇੱਕ ਕੰਮ ਕਰਦਾ ਉਹਨੂੰ ਤਨਖਾਹ ਦੇ ਦਿਓ, ਪੈਨਸ਼ਨ ਉਦੋਂ ਪਹਿਲੀ ਵਾਰੀ ਦੀ ਹੋਗੀ, ਚਾਹੇ ਮੈਂ 50 ਸਾਲ 'ਚ ਉੱਥੇ ਭਰਤੀ ਹੋ ਜਾਵਾਂ, MLA ਦੀ ਫਿਰ ਕੋਈ ਉਮਰ ਨਹੀਂ ਹੈ ਜੀ। ਬਿਲਕੁਲ, ਦੇਖੋ 60 ਸਾਲਾਂ ਦਾ ਬੰਦਾ ਵੀ ਬਣ ਜਾਂਦਾ, 60-75 ਦਾ ਇਹਨੂੰ ਗਵਰਨਮੈਂਟ ਜਾਬ ਕੋਈ ਨਹੀਂ ਦਿੰਦਾ। ਹਾਂਜੀ 75 ਦਾ, 95 ਦਾ, 94-95 ਤੱਕ, 90 ਦੇ ਉੱਪਰ ਵੀ, ਚਲੋ ਜਿੱਥੋਂ ਤੱਕ ਅੱਛਾ ਹੈ। ਜਿਹੜੀਆਂ ਫਿਰ ਇਹ ਇਲੈਕਸ਼ਨ ਜਿਹੜੀਆਂ ਪੈਨਸ਼ਨਾਂ ਉੱਤੇ ਪਾਇਲਾ ਭੋਗ ਕੇ ਮਿਲਦੀਆਂ ਉਹ ਤੇ ਗਲਤ ਜੀ। ਅੱਛਾ ਹੁਣ ਦੂਜੀ ਅੱਗੋਂ ਗੱਲ ਤੁਸੀਂ ਕੀਤੀ ਸੀ ਇਹਨਾਂ ਦੀ ਟਰਮਾਂ ਦੀ ਜੀ, ਦੇਖੋ ਹੁਣ ਆਪਣਾ ਜਿਹੜਾ US ਕਾਂਗਰਸਮੈਨ ਹੈ ਜੀ, ਇਹਦੀ 2 ਸਾਲ ਦੀ ਟਰਮ ਹੈ, ਵੱਧ ਤੋਂ ਵੱਧ 3 ਵਾਰੀ ਕਰ ਸਕਦਾ। ਅੱਛਾ ਜੀ, ਜਿਹੜੀਆਂ ਸਟੇਟ ਦੀਆਂ ਹਾਂਜੀ ਛੋਟੀਆਂ ਅਸੈਂਬਲੀਆਂ ਜੀ। ਅੱਛਾ ਜਿਹੜਾ ਆਪਣਾ ਸੈਨੇਟਰ ਹੈ ਯੂਨਾਈਟਿਡ ਸਟੇਟਸ ਦਾ, ਜਿਹੜੇ ਉਹ ਹਰ ਸਟੇਟ ਪ੍ਰਤੀ 2 ਹੈ ਜੀ, ਉਹ ਜਿੰਨੇ ਵਾਰੀ ਮਰਜ਼ੀ ਜਿੱਤ ਜਾਣ। ਅੱਛਾ ਜੀ, ਮੇਅਰ ਵੀ ਜਿੰਨੀ ਵਾਰੀ ਮਰਜ਼ੀ ਬਣ ਸਕਦੇ ਆ। ਸੁਲਝੇ ਇਨਸਾਨ ਹੁੰਦੇ ਸੀ, ਸਮਾਜ ਸੇਵੀ ਹੁੰਦੇ ਸੀ ਜੀ, ਲੋਕਾਂ ਚ ਬਹਿ ਕੇ ਵਿਚਰਦੇ ਸੀਗੇ ਔਰ ਲੋਕਾਂ ਦੇ ਕੰਮ ਸਵਾਰਦੇ ਸੀ ਜੀ, ਔਰ ਉਹਨਾਂ ਨੂੰ ਇੰਨੀ ਬੜੀ ਖੁਸ਼ੀ ਸੀ ਵੀ ਅਸੀਂ ਪਤਵੰਤੇ ਸੱਜਣ ਜਿਹਨੂੰ ਪ੍ਰਿਵਿਲੇਜ ਕਹਿੰਦੇ ਆ, ਹਾਂਜੀ ਹਾਂਜੀ, ਤੁਹਾਨੂੰ ਮਕਾਨ ਫ੍ਰੀ ਮਿਲਿਆ, ਬਿਲਕੁਲ, ਡਰਾਈਵਰ ਮਿਲਿਆ,
ਰੋਟੀ ਪਾਣੀ ਦਾ ਪੱਤਾ ਮਿਲਦਾ ਫਿਰ ਤੁਹਾਡੀ ਪੁੱਛ ਗਿੱਛ ਹੈ ਜੀ ਬਿਲਕੁਲ ਇਹਨੇ ਚ ਬੰਦੇ ਨੂੰ ਤਸੱਲੀ ਹੋਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ ਹੁਣ ਕਾਰਨ ਇਹ ਹੈ ਉਲਝੇ ਇਨਸਾਨ ਹੈ ਜਿਹੜੇ ਸਿਆਸਤ ਚ ਜਾਂਦੇ ਆ ਉਹਨਾਂ ਨੇ ਸਲਝਾਉਣਾ ਕੀ ਹੈ ਸਾਰਾ ਕੰਮ ਹੋਰ ਉਲਝਾ ਦਿੰਦੇ ਕਿਉਂਕਿ ਜਿੰਨਾ ਉਲਝੇਗਾ ਓਨਾ ਉਹਨਾਂ ਨੂੰ ਫਾਇਦਾ ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ ਬਹੁਤ ਵਧੀਆ ਤਨਖਾਹਾਂ ਦੂਜੀਆਂ ਇਹਨਾਂ ਦੇ ਖਰਚੇ ਉਹ ਤਾਂ ਕਰੋ ਜਿਹੜੀ ਉੱਤੋਂ ਬੇਤਹਾਸ਼ਾ ਇਹ ਕਰਪਸ਼ਨ ਕਰਦੇ ਹਾਂਜੀ ਉਹਦਾ ਕੋਈ ਹਿਸਾਬ ਨਹੀਂ ਅੰਤ ਕੋਈ ਨਹੀਂ ਹਿਸਾਬ ਹੀ ਕੋਈ ਨਹੀਂ ਅੰਤ ਹੀ ਕੋਈ ਨਹੀਂ ਜੀ ਅੰਤ ਕੋਈ ਨਹੀਂ ਫਿਰ ਇਹਨਾਂ ਨੂੰ ਕੋਈ ਫੜਨ ਵਾਲਾ ਨਹੀਂ ਨਾ ਜੀ ਨਾ ਚਲੋ ਜੀ ਡਾਕਟਰ ਸਾਹਿਬ ਜੀ ਜੀ ਬਾਕੀ ਆ ਕੇ ਮੈਂ ਤਾਂ ਇਸ ਗੱਲ ਤੇ ਹੱਕ ਜਾਂ ਵੀ ਇਹ ਸਮਾਂ ਬਦਲੇਗਾ ਜੀ ਬਦਲਣਾ ਚਾਹੀਦਾ ਨਵੇਂ ਬੰਦਿਆਂ ਨੂੰ ਵਿੱਚ ਆਉਣਾ ਚਾਹੀਦਾ ਉਹਨਾਂ ਨੂੰ ਆਪਣਾ ਸਮਾਜ ਸੁਧਾਰੋ ਜੇ ਤੁਹਾਡੇ ਪੈਸੇ ਆ ਸਾਡਾ ਟੈਕਸ ਆ ਜੇ ਇਹਨਾਂ ਨੂੰ ਖਾ ਜਾਓਗੇ ਹਜ਼ਾਰਾਂ ਲੋਕਾਂ ਨੂੰ ਭੁੱਖੇ ਮਾਰ ਦੋਗੇ ਬਿਲਕੁਲ ਜੀ ਬਹੁਤ ਮਿਹਰਬਾਨੀ ਡਾਕਟਰ ਸਾਹਿਬ ਤੁਹਾਡੀ ਬਹੁਤ ਧੰਨਵਾਦ ਜੀ ਨਾਲ ਦੇ ਨਾਲ ਬ੍ਰੇਕ ਲੈਂਦੇ ਜੀ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ ਕੋਸ਼ਿਸ਼ ਕਰਾਂਗੇ ਟਾਈਮ ਬਚਿਆ ਤਾਂ ਕੱਲ੍ਹਾਂ ਵੀ ਜ਼ਰੂਰ ਲਵਾਂਗੇ ਨਹੀਂ ਤਾਂ ਫਿਲਹਾਲ ਬ੍ਰੇਕ ਲੈਂਦੇ ਹਾਂ ਦੇਖਦੇ ਰਹੋ ਜਸ ਪੰਜਾਬੀ ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਕੱਲ੍ਹਾਂ ਹੋਰ ਨਹੀਂ ਲੈ ਹੋਣੀ ਇੱਕ ਅਨਾਊਂਸਮੈਂਟ ਆ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਗ੍ਰੈਂਡ ਓਪਨਿੰਗ ਜਿਹੜੀ ਹੈ 24 ਤੇ 25 ਜੁਲਾਈ ਨੂੰ ਖਾਦਮ ਜਿਊਲਰ ਦੀ 5ਵੀਂ ਲੋਕੇਸ਼ਨ ਇੱਥੇ ਟਰੇਸੀ ਸਾਡੇ ਸਟੂਡੀਓ ਨੇੜੇ ਹੀ ਹੈ ਟਰੇਸੀ ਦੇ ਵਿੱਚ ਖਾਦਮ ਜਿਊਲਰ ਦੀ 5ਵੀਂ ਲੋਕੇਸ਼ਨ ਦੀ ਗ੍ਰੈਂਡ ਓਪਨਿੰਗ 24 ਤੇ 25 ਜੁਲਾਈ ਨੂੰ ਹੋਣ ਜਾ ਰਹੀ ਹੈ ਔਰ ਆਪਾਂ ਨੂੰ ਪਤਾ ਹੀ ਹੈ ਵੀ ਜਦੋਂ ਗ੍ਰੈਂਡ ਓਪਨਿੰਗ ਹੋਏਗੀ ਤਾਂ ਲੱਕੀ ਡਰਾ ਬਹੁਤ ਹੋਣਗੇ ਬਹੁਤ ਵੱਡੀ ਸੇਲ ਹੋਏਗੀ ਬਿੱਗ ਸੇਲ ਅਤੇ ਸਿਰਫ ਟਰੇਸੀ ਵਾਲੀ ਲੋਕੇਸ਼ਨ 'ਤੇ ਹੀ ਹੋਏਗੀ ਸੋ ਤੁਸੀਂ ਟਰੇਸੀ ਦੇ ਵਿੱਚ ਖਾਦਮ ਜਿਊਲਰ ਜਿਹੜਾ ਹੈਗਾ ਟਰੇਸੀ ਬੁਲੇਵਾਰਡ ਦੇ ਉੱਪਰ ਹੈਗਾ 3310 ਨੌਰਥ ਟਰੇਸੀ ਬੁਲੇਵਾਰਡ 3310 ਨੌਰਥ ਟਰੇਸੀ ਬੁਲੇਵਾਰਡ 'ਤੇ ਜਾ ਕੇ ਤੁਸੀਂ ਸੇਲ ਦਾ ਫਾਇਦਾ ਲੈ ਸਕਦੇ ਹੋ ਹੁਣ ਉਮੀਦ ਕਰਦੇ ਜੀ ਇਸ ਵਿਸ਼ੇ 'ਤੇ ਫਿਰ ਵੀ ਆਪਾਂ ਕਿਤੇ ਗੱਲ ਕਰ ਸਕਾਂਗੇ ਜ਼ਰੂਰ ਕਰਾਂਗੇ ਗੱਲ ਕਿਉਂਕਿ ਵਿਸ਼ਾ ਕਾਫੀ ਸੰਜੀਦਾ ਹੋ ਸਕਦਾ ਹੌਲੀ ਹੌਲੀ ਇਹੀ ਗੱਲ ਕਿਤੇ ਦੀ ਕਿਤੇ ਪਹੁੰਚ ਜਾਵੇ ਅਤੇ ਚਲੋ ਕੋਸ਼ਿਸ਼ ਕਰਾਂਗੇ ਫਿਰ ਵਿਸ਼ਾ ਰੱਖਣ ਦੀ ਪਰ ਅੱਜ ਲਈ ਇੰਨਾ ਹੀ ਕਾਫੀ ਹੈ ਅਤੇ ਕਿਸੇ ਵੀ ਗੱਲਬਾਤ ਲਈ ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com ਨਾਲ ਦੀ ਨਾਲ ਜਿਹੜੀ ਈਵੈਂਟ ਸਾਡੀ ਇੱਥੇ ਵੀ ਹੋ ਰਹੀ ਹੈ 24 ਜੁਲਾਈ ਨੂੰ ਇਸ ਸਟੂਡੀਓ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਮਿਸ ਐਂਡ ਮਿਸਿਜ਼ ਪੰਜਾਬਣ USA ਜਿਹੜਾ ਹੈ ਉਹਦੀ ਮੀਟ ਐਂਡ ਗ੍ਰੀਟ ਕਹਿ ਲਓ ਆਡੀਸ਼ਨ ਕਹਿ ਲਓ ਚਾਹੇ ਐਂਟਰੀਜ਼ ਕਹਿ ਲਓ ਚਾਹੇ ਕਿਸੇ ਨੇ ਪਾਰਟੀਸਪੇਸ਼ਨ ਕਰਨਾ ਉਹਨਾਂ ਦਾ ਕਹਿ ਲਓ ਚਾਹੇ ਵੈਸੇ ਮਿਲਣਾ ਗਿਲਣਾ ਕਹਿ ਲਓ ਸਾਰਾ ਕੁਝ ਕੁੱਲ ਮਿਲਾ ਕੇ 24 ਜੁਲਾਈ ਨੂੰ ਸ਼ਨੀਵਾਰ ਨੂੰ 12 ਵਜੇ ਤੋਂ ਲੈ ਕੇ ਸ਼ਾਮ ਤੱਕ ਅਸੀਂ ਇੱਥੇ ਸਾਰਿਆਂ ਨੂੰ ਮਿਲਾਂ ਗਿਲਾਂਗੇ ਤੁਸੀਂ ਵੀ ਸਾਰੇ ਜ਼ਰੂਰ ਪਹੁੰਚਣ ਦੀ ਕੋਸ਼ਿਸ਼ ਕਰਿਓ ਮਿਸ ਐਂਡ ਮਿਸਿਜ਼ ਪੰਜਾਬਣ ਸਾਡਾ ਵਿਰਸਾ ਸਾਡੀ ਸ਼ਾਨ ਇਹ ਸਾਡਾ ਸਲੋਗਨ ਹੈ ਸੋ ਸੈੱਲ ਨੰਬਰ ਵੀ ਮੇਰਾ ਹੈਗਾ ਤੁਹਾਡੇ ਕੋਲ 209-450-3350 ਕਿਤੇ ਵੀ ਸੰਪਰਕ ਕਰ ਸਕਦੇ ਹੋ ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ ਰਹੋ ਖੁਸ਼ ਰੱਖੋ ਰੱਬ ਰਾਖਾ ਜੀਵੇ ਪੰਜਾਬ ਜੀਵੇ ਪੰਜਾਬੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ